ਪਹਿਲਾਂ ਮੈਂ ਬੰਬੀ ਹਾਂ ਗੱਜ ਵੱਜ ਕੇ ਗਾਉਂਦੀ ਹੈ ਨਾ, ਹੁਣ ਮੈਂ ਗਾਉਂਦੀ ਹਾਂ ਉਹਨੂੰ ਯਾਦ ਕਰਕੇ ਗਾਉਂਦੀ ਹਾਂ, ਪਰ ਉਹਦੇ 'ਚ ਲਾਈਨਾਂ ਹੋਰ ਆ ਗਈਆਂ ਉਹ ਲਾਈਨਾਂ ਨੇ ਜੇ ਮੈਂ ਜਾਣਦੀ ਜੇ ਮੈਂ ਜਾਣਦੀ ਜੇ ਮੈਂ ਜਾਣਦੀ ਸਿੱਧੂ ਨੇ ਮਰ ਜਾਣ ਜੇ ਮੈਂ ਜਾਣਦੀ ਜੇ ਮੈਂ ਜਾਣਦੀ ਸਿੱਧੂ ਨੇ ਮਰ ਜਾਣ ਇੱਕ ਦੀ ਥਾਂ ਤੋਂ ਜੰਮਦੀ ਪੁੱਤ ਮੇਰਿਆ ਇੱਕ ਦੀ ਥਾਂ ਤੋਂ ਜੰਮਦੀ ਪੁੱਤ ਮੇਰਿਆ ਪੁੱਤਾਂ ਵਾਲਿਓ ਪੁੱਤਾਂ ਦੇ ਦੁੱਖ ਡਾਡੇ ਕਲਮ ਕਵੀ ਦੀ ਬੰਦ ਬਿਆਨ ਹੋ ਗਈ ਪੁੱਤਾਂ ਵਾਲਿਓ ਪੁੱਤਾਂ ਦੇ ਦੁੱਖ ਡਾਡੇ ਕਲਮ ਕਵੀ ਦੀ ਬੰਦ ਬਿਆਨ ਹੋ ਗਈ ਕਹਿੰਦੇ ਦਸ਼ਰਥ ਡਿੱਗ ਮਹਿਲ ਤੋਂ ਸੀ ਮਰਿਆ ਦਸ਼ਰਥ ਡਿੱਗ ਮਹਿਲ ਤੋਂ ਸੀ ਮਰਿਆ ਜਦ ਅੱਖਾਂ ਤੋਂ ਓਹਲੇ ਸੰਤਾਨ ਹੋ ਗਈ ਕਹਿੰਦੇ ਜਦੋਂ ਸੁਣੀ ਮੌਤ ਅਭਿਮਨਿਉ ਦੀ ਅਰਜਨ ਜਦੋਂ ਸੁਣੀ ਮੌਤ ਅਭਿਮਨਿਉ ਦੀ ਅਰਜਨ ਹੱਥ 'ਚੋਂ ਢਿੱਲੀ ਤੀਰ ਕਮਾਨ ਹੋ ਗਈ ਤਾਨ ਸੈਨ ਰਾਗੀ ਦਾ ਜਦੋਂ ਪੁੱਤ ਮਰਿਆ ਤਾਨ ਸੈਨ ਰਾਗੀ ਦਾ ਜਦੋਂ ਪੁੱਤ ਮਰਿਆ ਘੁੱਗਾ ਬੋਲਣੋਂ ਬੰਦ ਜ਼ੁਬਾਨ ਹੋ ਗਈ ਘੁੱਗਾ ਬੋਲਣੋਂ ਬੰਦ ਜ਼ੁਬਾਨ ਹੋ ਗਈ ਨਹੀਂ ਉਹ ਲੱਭਣੇ ਲਾਲ ਗਵਾ ਨਹੀਂ ਉਹ ਲੱਭਣੇ ਲਾਲ ਗਵਾਚੇ ਮਿੱਟੀ ਨਾ ਫਰੋਲ ਜੋਗੀ ਆਵੇ ਨਹੀਂ ਉਹ ਲੱਭਣੇ ਸਿੱਧੂ ਇੱਕ ਸਿਰਫ ਸ਼ੇਰ ਅਤੇ ਸ਼ੇਰਨੀ ਵਰਗੇ ਮਾਂ ਬਾਪ ਦਾ ਜਿਗਰਾ ਰੱਖਣ ਵਾਲੇ ਹੈ ਨਾ ਉਹਨਾਂ ਦੇ ਮੰਮੀ ਪਾਪਾ ਹੈਗੇ ਨੇ ਤੁਸੀਂ ਵੀ ਬਰਾਬਰ ਹੀ ਹੋ ਉਹਨਾਂ ਤੋਂ ਬਾਅਦ ਕੰਮ ਕਲਾਕਾਰ ਨਹੀਂ ਛੱਡ ਸਕਦੇ ਕਿਉਂਕਿ ਸਾਡੀ ਰੋਜ਼ ਹੀ ਰੋਟੀ ਹੈ ਤੁਸੀਂ ਜਦੋਂ ਅਗਲਾ ਸ਼ੋਅ ਲਗਾਇਆ ਸੀ ਤੁਸੀਂ ਪੱਟ 'ਤੇ ਥਾਪੀ ਮਾਰ ਕੇ ਸਿੱਧੂ ਨੂੰ ਟ੍ਰਿਬਿਊਟ ਦਿੱਤਾ ਅਸੀਂ ਦੇਖਿਆ ਜਿੱਥੇ ਇੱਕ ਪਾਸੇ ਉਹਨਾਂ ਦੇ ਗਾਣੇ ਤੋਂ ਮੁੜ ਵਾਪਸੀ ਕੀਤੀ ਤੁਸੀਂ ਸਿਨੇਮਾ ਦੇ ਵਿੱਚ ਕਿਹਾ ਗਰਜ ਕੇ ਨਾਮ ਬਾਹਰ ਆਇਆ ਕਿ ਬੁਫਰਾਂ ਉੱਤੇ ਮਿਰਜ਼ਾ ਗਾਉਂਦੀ ਸੁਣੀ ਜਸਵਿੰਦਰ ਬਰਾੜ ਕੋਲ ਉਸ ਤੋਂ ਬਾਅਦ ਹੁਣ ਫਿਲਮ ਵੀ ਆ ਗਈ ਹੈ ਮੈਂ ਕਹਿੰਦੀ ਹੁੰਦੀ ਹਾਂ ਵੀ ਮੇਰੀ ਸੀਸ ਹੀ ਲੱਗ ਜਾਂਦੀ ਮੈਂ ਬੜੀਆਂ ਸੀਸਾਂ ਦਿੱਤੀਆਂ ਬਹੁਤ ਸੀਸਾਂ ਦਿੱਤੀਆਂ ਕਿਉਂਕਿ ਮੈਂ ਇਹ ਨਹੀਂ ਸੀ ਵੀ ਮੇਰੇ ਕੋਲ ਕੋਈ ਪ੍ਰੋਗਰਾਮਾਂ ਦੀ ਕਮੀ ਸੀ ਲਾਈਵ ਪ੍ਰੋਗਰਾਮ ਮੈਂ ਲਾਉਂਦੀ ਸੀ ਹੈ ਨਾ ਪਰ ਜਿਹੜੀ ਚੀਜ਼ ਤੋਂ ਮੈਂ ਦੂਰ ਸੀ ਉਹਨੂੰ ਪਤਾ ਸੀ ਵੀ ਮੇਰੀ ਭੂਆ ਇਸ ਚੀਜ਼ ਤੋਂ ਦੂਰ ਆ ਹੈ ਨਾ ਉਹਨੇ ਉਹ ਕੰਮ ਕਰਕੇ ਉਸ ਚੀਜ਼ ਦੇ ਨੇੜੇ ਲਿਆਂਦੇ ਮੈਂ ਇੱਕੋ ਹੀ ਗੱਲ ਕਹਿੰਦੀ ਹਾਂ ਵੀ ਜੇ ਕਿਤੇ ਮੈਂ ਕੋਈ ਚੰਗਾ ਕੰਮ ਕੀਤਾ ਜੇ ਕਿਤੇ ਮੈਂ ਜ਼ਿੰਦਗੀ 'ਚ ਕੋਈ ਪੁੰਨ ਕੀਤਾ ਜੇ ਕਿਤੇ ਮੈਂ ਸੱਚੇ ਦਿਲੋਂ ਰੱਬ ਨੂੰ ਧਿਆਇਆ ਤਾਂ ਮੈਂ ਕਹਿੰਦੀ ਹਾਂ ਵੀ ਉਹ ਨਿੱਕੇ ਪੈਰੀਂ ਵਾਪਸ ਆ ਜੇ ਵੱਡੇ ਪੈਰੀਂ ਗਿਆ ਅਤੇ ਨਿੱਕੇ ਪੈਰੀਂ ਰਾਤ ਨੂੰ ਲੋਕ ਜਿਹੜੇ ਚੈਨ ਨਾਲ ਸੁੱਤੇ ਹੁੰਦੇ ਨੇ ਜਿਹਦਾ ਕੋਈ ਜੀ ਚਲੇ ਗਿਆ ਹੁੰਦਾ ਉਹ ਰਾਤ ਨੂੰ ਸੋਣਾ ਉਹਦੇ ਵਾਸਤੇ ਕਿੰਨਾ ਔਖਾ ਹੁੰਦਾ ਰਾਤ ਕਿੱਦਾਂ ਨਿਕਲਦੀ ਹੈ ਉਹਨੂੰ ਪਤਾ ਹੈ ਨਾ ਬੰਦਾ ਕਹਿੰਦਾ ਰਾਤ ਨਾ ਆਵੇ ਦਿਨ ਦੇ ਵਿੱਚ ਕੋਈ ਨਾ ਕੋਈ ਤੁਹਾਡੇ ਮੂੰਹ ਮੱਥੇ ਲੱਗਦਾ ਹੈ ਤੁਸੀਂ ਕਿਸੇ ਕੰਮ 'ਤੇ ਜਾਂਦੇ ਹੋ ਸਾਰਾ ਕੁਛ ਠੀਕ ਚੱਲੀ ਜਾਂਦਾ ਪਰ ਜਦੋਂ ਰਾਤ ਨੂੰ ਇਕੱਲੇ ਤੁਸੀਂ ਸੋਨੇ ਹੋ ਇਕੱਲੇ ਹੁੰਦੇ ਹੋ ਸਾਰੀ ਕਾਇਨਾਤ ਸੁੱਤੀ ਪਈ ਤੁਸੀਂ ਜਾਗ ਰਹੇ ਹੋ ਉਸ ਟਾਈਮ ਦਾ ਰੋਣਾ ਅਤੇ ਦਰਦ ਇਕੱਲੇ ਤੁਸੀਂ ਆਪਣੇ ਆਪ ਨੂੰ ਬਰਾ ਰਹੇ ਹੋ ਉਹ ਬੜਾ ਔਖਾ ਹੈ ਕਿ ਮੈਂ ਹੰਡਾਇਆ ਇਸ ਕਰਕੇ ਮੈਂ ਸਮਝਦੀ ਹਾਂ ਵੀ ਉਹਦੇ ਮਾਂ ਬਾਪ ਨੂੰ ਸਿੱਧੂ ਦੇ ਮਾਂ ਬਾਪ ਨੂੰ ਕਿੰਨਾ ਦਰਦ ਆ ਕਿਸ ਤਰ੍ਹਾਂ ਹੰਡਾ ਰਹੇ ਸੋਚਦੀ ਸੀ ਵੀ ਗੋਣਾ ਗੋਣਾ ਛੱਡੋ ਸਾਹ ਬਚ ਜਾਣ ਮੇਰੀ ਜਿਹੜੀ ਬੇਟੀ ਹੈ ਛੋਟੀ ਜਿਹੀ ਸੀ 3 ਸਾਲ ਦੀ ਸੀ ਅਤੇ ਮੈਂ ਸੋਚਦੀ ਸੀ ਮੈਂ ਬਸ ਮੇਰੇ ਸਾਹ ਚੱਲਦੇ ਰਹਿਣ ਅਤੇ ਮੈਂ ਇੱਕ ਛੋਟਾ ਜਿਹਾ ਅਮਰੂਦ ਖਾ ਲੈਂਦੀ ਸੀ ਵੀ ਇਹਨੇ ਇਹਦੇ ਨਾਲ ਸਾਹ ਚੱਲਦੇ ਰਹਿਣਗੇ ਅਤੇ ਸਾਰਾ ਦਿਨ ਪਾਣੀ ਪੀਂਦੀ ਸੀ ਫਿਰ ਉਸ ਤੋਂ ਬਾਅਦ ਮੈਂ ਉੱਠੀ ਦੁਬਾਰਾ ਲੋਕਾਂ ਨੂੰ ਪਤਾ ਹੀ ਨਹੀਂ ਵੀ ਮੈਂ ਕਿਵੇਂ ਰਿੜ ਰਿੜ ਕੇ ਉੱਠੀ ਜਾਂ ਮੇਰਾ ਪਰਿਵਾਰ ਜਾਣਦਾ ਜਾਂ ਮੈਂ ਜਾਣਦੀ ਹਾਂ ਜਾਂ ਮੇਰੀ ਬੱਚੀ ਜਾਣਦੀ ਹੈ ਨਾ ਤਾਂ ਮੈਂ ਉਹਦਾ ਹੱਸਣਾ ਦੇਖਿਆ ਨਾ ਮੈਂ ਉਹਦੀਆਂ ਚੋਲ ਮੋਲ ਦੇਖੀ ਕਿਉਂਕਿ ਕਦੇ ਡਾਕਟਰ ਨੇ ਵੱਧ ਦਵਾਈ ਦੇ ਦੇਣੀ ਕਦੇ ਘੱਟ ਦੇ ਦੇਣੀ ਡਿਪਰੈਸ਼ਨ ਹੀ ਇੰਨਾ ਸੀ ਮੈਂਟਲਾਂ ਵਰਗੀ ਸਥਿਤੀ ਸੀ ਹੁਣ ਮੈਂ ਕਹਿੰਦੀ ਹੁੰਦੀ ਵੀ ਤੇਰੀ ਮੇਰੇ ਨਾਲ ਕਿਉਂ ਦੁਸ਼ਮਣੀ ਹੈ ਸ਼ੁਭ ਨੇ ਮੈਨੂੰ ਦੁਬਾਰਾ ਜ਼ਿੰਦਗੀ ਦਿੱਤੀ ਸੀ ਦੁਬਾਰਾ ਕਰੇਜ਼ ਦਿੱਤਾ ਸੀ ਦੁਬਾਰਾ ਹੱਲਾ ਸ਼ੁਰੀ ਮਿਰਜ਼ੇ ਨੂੰ ਮੈਂ ਝੂਮ ਝੂਮ ਕੇ ਗਾਉਣ ਲੱਗ ਗਈ ਸੀ ਜਦੋਂ ਦਾ ਮਿਰਜ਼ਾ ਵੈਸੇ ਵੀ ਬਹੁਤ ਰੂਹ ਨਾਲ ਮੈਂ ਗਾਉਂਦੀ ਸੀ ਪਰ ਜਦੋਂ ਦਾ ਸ਼ੁਭ ਨੇ ਨਾਂ ਲੈਤਾ ਸੀ ਨਾ ਜੀ ਮੈਂ ਐਸੇ ਸਰੂਰ ਨਾਲ ਮਿਰਜ਼ੇ ਨੂੰ ਗਾਉਂਦੀ ਸੀ ਹੁਣ ਮੈਂ ਕਹਿੰਦੀ ਹੁੰਦੀ ਹਾਂ ਗਾਉਂ ਜ਼ਰੂਰ ਮਿਰਜ਼ਾ ਮੇਰੀ ਜੌਬ ਹੈ ਜੌਬ ਛੱਡੀ ਨਹੀਂ ਜਾਂਦੀ ਕਿ ਲੋਕਾਂ ਨੂੰ ਕੀ ਪਤਾ ਵੀ ਮੇਰੇ 'ਤੇ ਕਿੰਨੀਆਂ ਕੁ ਜ਼ਿੰਮੇਵਾਰੀਆਂ ਨੇ ਲੋਕਾਂ ਨੂੰ ਕੀ ਪਤਾ ਵੀ ਮੈਂ ਜਿਹੜੀ ਕਮਾਈ ਕਰਨੀ ਹੈ ਉਹ
ਕਿੱਥੇ ਕਿੱਥੇ ਜ਼ਿੰਮੇਵਾਰੀਆਂ ਮੇਰੇ ਸਿਰ ਬੈਠੀਆਂ ਨੇ ਜਿਹੜੀਆਂ ਮੇਰੇ ਮੂੰਹ ਵੱਲ ਝਾਕ ਕੇ ਜਾਂਦੀਆਂ ਨੇ। ਲੋਕਾਂ ਨੂੰ ਨਹੀਂ ਪਤਾ ਹੁੰਦਾ, ਉਹਨਾਂ ਨੂੰ ਐਂ ਲੱਗਦਾ ਵੀ ਯਾਰ ਲੈ ਹੁਣ ਤਾਂ ਰੋਈ ਜਾਂਦੀਆਂ ਸੀ ਹੁਣ ਗਾਈ ਜਾਂਦੀਆਂ। ਨਹੀਂ, ਰੋ ਕੇ ਗਾਣਾ ਬਹੁਤ ਔਖਾ ਹੈ। ਕੰਮ ਕਰਦੇ ਹੋ, ਸ਼ੋਜ਼ ਲਗਾਉਂਦੇ ਹੋ, ਆਪਣਾ ਕੰਮ ਨਾਲ ਇਮਾਨਦਾਰੀ ਰੱਖਦੇ ਹੋ, ਆਪਣੇ ਦੁੱਖ ਨੂੰ ਰਿਸ਼ਤਿਆਂ ਨੂੰ ਅੰਦਰ ਸਮੇਟ ਕੇ ਕੰਮ ਕਰਦੇ ਹੋ, ਸਲਿਊਟ ਹੈ ਤੁਹਾਨੂੰ ਬਹੁਤ ਬਹੁਤ। ਸਾਨੂੰ ਮਾਣ ਹੈ ਕਿ ਸਾਡੀ ਇੰਡਸਟਰੀ ਕੋਲ ਕਮੈਂਟ ਕਰਨ ਵਾਲੇ ਕੁਛ ਵੀ ਕਰੀ ਜਾਣ ਜੀ, ਪਰ ਮੈਂ ਕਹਿੰਦੀ ਸਾਡੇ ਵਾਲੀ ਜ਼ਿੰਦਗੀ 'ਚੋਂ ਗੁਜ਼ਰ ਕੇ ਦੇਖੋ ਫਿਰ ਪਤਾ ਲੱਗਦਾ। ਘਰ ਬਹਿ ਕੇ ਮੋਬਾਈਲ ਚੱਕ ਕੇ ਕਮੈਂਟ ਕਰਨੇ ਬਹੁਤ ਸੌਖੇ, ਪਰ ਉਸ ਦੌਰ 'ਚੋਂ ਨਿਕਲ ਕੇ ਹੁਣ ਉਹ ਜਦੋਂ ਮਾਂ ਬਾਪ ਫੂਕਦੇ ਫਿਰਦੇ ਆ ਹੈ ਨਾ, ਉਹ ਬੋਲਾਂ ਰਾਹੀਂ ਜਿਵੇਂ ਸਿੱਧੂ ਕਲਮ ਰਾਹੀਂ ਬਿਆਨ ਕਰਦਾ ਹੁੰਦਾ ਸੀ ਨਾ, ਉਹ ਬੋਲ ਕੇ ਆਪਦਾ ਦਰਦ ਉਹਨਾਂ ਨੇ ਸਾਰੇ ਫੈਨ ਆਪਦੇ ਧੀਆਂ ਪੁੱਤ ਬਣਾ ਲਏ। ਜਦੋਂ ਉਹਨਾਂ ਕੋਲ ਇਕੱਠ ਹੋ ਜਾਂਦਾ ਫਿਰ ਉਹ ਆਪਦਾ ਦਰਦ, ਮੈਂ ਤਾਂ ਕਹਿੰਦੀ ਬਹੁਤ ਵਧੀਆ ਬਹੁਤ ਵਧੀਆ। ਰਾਤ ਨੂੰ ਸੌਂ ਕੇ ਜਿਹੜਾ ਦਰਦ ਉਹਨਾਂ ਦੇ ਰਾਤ ਨੂੰ ਪੈਦਾ ਹੁੰਦਾ ਨਾ, ਉਹ ਦੂਜੇ ਦਿਨ ਕੱਢ ਦਿੰਦੇ ਆ। ਅਤੇ ਮੈਂ ਉਹਨਾਂ ਸਾਰੇ ਫੈਨਸ ਦਾ ਸ਼ੁਕਰੀਆ ਅਦਾ ਕਰਦੀ ਹਾਂ। ਤੁਹਾਨੂੰ ਪਰਮਾਤਮਾ ਲੰਮੀ ਉਮਰਾਂ ਦਿਓ ਦੇਵੇ, ਅਤੇ ਤੁਸੀਂ ਇਸੇ ਤਰ੍ਹਾਂ ਹੀ ਸ਼ੁਭ ਦੀ ਥਾਂ 'ਤੇ ਖੜ੍ਹਨਾ, ਉਹਦੇ ਮੰਮੀ ਪਾਪਾ ਦਾ ਆਸਰਾ ਬਣਨਾ। ਚੌਥਾ ਦਿਨ ਸੀ ਮੇਰੇ ਹਸਬੈਂਡ ਨੇ ਉਹਨਾਂ ਨੂੰ ਕਿਹਾ ਵੀ ਜਸਵਿੰਦਰ ਦੇ ਫਾਦਰ ਦੀ ਡੈਥ ਹੋ ਗਈ, ਵੀ ਯਾਰ ਪ੍ਰੋਗਰਾਮ ਕੈਂਸਲ ਕਰ ਦਿਓ। ਕਹਿੰਦੇ ਨਹੀਂ ਸੀ, ਇਕੱਠ ਬਹੁਤ ਆ, ਅਸੀਂ ਤਾਂ ਪੋਸਟਰ ਲਾ ਚੁੱਕੇ। ਤੁਸੀਂ ਇਹ ਦੇਖੋ ਵੀ ਮੈਂ ਉਸ ਪ੍ਰੋਗਰਾਮ 'ਤੇ ਵੀ ਗਈ, ਇਕੱਠ ਵੀ ਬਹੁਤ ਸੀ, ਉਹ ਆਪਦੀ ਥਾਂ 'ਤੇ ਸੱਚੇ ਸੀ, ਹੈ ਨਾ। ਮੈਂ ਐਸਾ ਗਾਇਆ ਜੀ ਉਦੋਂ, ਕਿਉਂਕਿ ਸਾਰਾ ਦਰਦ ਤਾਂ ਮੇਰੇ ਅੰਦਰ ਸੀ, ਐਸਾ ਗਾਇਆ। ਅਤੇ ਗਾਉਣ ਤੋਂ ਬਾਅਦ ਗੱਡੀ 'ਚ ਬਹਿ ਗਏ, ਉਹਨੇ ਕਹਿੰਦੇ ਚਾਹ ਪਾਣੀ, ਮੇਰੇ ਹਸਬੈਂਡ ਨੂੰ ਤਾਂ ਪਤਾ ਸੀ ਜਿਹੜੇ ਮੇਰੇ ਨਾਲ ਸੀ ਵੀ ਹੁਣ ਇਹ ਕੀ ਫੀਲ ਕਰ ਰਹੀ ਆ। ਫਿਰ ਦੇਖ ਲਓ ਵੀ ਮੈਂ ਕਿਹਾ ਵੀ ਖੇਤ 'ਚ ਗੱਡੀ ਰੋਕ ਦਿਉ, ਫਿਰ ਮੈਂ ਖੇਤ 'ਚ ਗੱਡੀ ਰੁਕਾਈ ਜੀ, ਮੈਂ ਪੈਰਾਂ ਗੋਡਿਆਂ ਭਾਰ ਬਹਿ ਗਈ। ਫਿਰ ਮੈਂ ਦੋ ਜ਼ੋਰ ਦੀ ਚੀਕਾਂ ਮਾਰੀਆਂ, ਬਹੁਤ ਜ਼ੋਰ ਜ਼ੋਰ ਦੀ ਚੀਕਾਂ ਮਾਰੀਆਂ, ਪਾਪਾ ਜੀ ਪਾਪਾ ਜੀ। ਕਈ ਵਾਰ ਕਲਾਕਾਰ ਦੀ ਤਕਲੀਫ ਨੂੰ ਸਮਝ ਲੈਣਾ ਚਾਹੀਦਾ। ਜਦੋਂ ਮੇਰੇ ਪਾਪਾ ਜਿਉਂਦੇ ਹੁੰਦੇ ਸੀ ਨਾ, ਉਦੋਂ ਮੈਂ ਭਾਵੇਂ ਵੱਡੀ ਸੀ ਪਰ ਬੱਚੀ ਸੀ। ਜਦੋਂ ਉਹ ਚਲੇ ਗਏ, ਜਸਵਿੰਦਰ ਬਰਾੜ ਰਹਿ ਗਈ, ਗੁੱਡੀ ਖਤਮ ਹੋ ਗਈ। ਜਸਵਿੰਦਰ ਬਰਾੜ ਜਾਂਦੀ ਰਹਿ ਗਈ ਤੇ ਗੁੱਡੀ ਖਤਮ ਹੋ ਗਈ। ਤੁਹਾਡਾ ਗਾਣਾ ਆਊਟ ਹੋਇਆ ਤੇ ਤੁਸੀਂ ਸਰਦੂਲ ਸਰ ਨੂੰ ਬਹੁਤ ਮਿਸ ਕੀਤਾ ਕਿ ਅਖੀਰਲਾ ਗਾਣਾ ਹੈ ਮਾਂ ਫਿਲਮ ਦਾ, ਡਿਊਰਿੰਗ PR ਦੀ PR ਫਿਲਮ ਵੀ ਆ ਗਈ। ਉੱਥੇ ਹੀ ਤੁਹਾਡੇ ਭਤੀਜ ਦੀ ਗੱਲ ਕਰੀਏ, ਅੰਬਰਾਂ ਦੇ ਉਹ ਸਿਤਾਰੇ ਦੀ ਗੱਲ ਕਰੀਏ, 9/11 ਦੀ ਗੱਲ ਕਰੀਏ, ਟਿੱਬਿਆਂ ਦੇ ਪੁੱਤ ਸ਼ੁਭਦੀਪ ਦੀ ਯਾਨੀ ਕਿ ਸਿੱਧੂ ਦੀ ਗੱਲ ਕਰੀਏ। ਸੋ ਇੱਕ ਪਾਸੇ ਤੁਸੀਂ ਉੱਥੇ ਲੱਤ ਹੁੰਦੀ ਸੀ, ਦਿਲ 'ਚ ਦਰਦ ਹੁੰਦਾ ਸੀ, ਦੂਜੇ ਪਾਸੇ ਅਦਾਕਾਰੀ ਕਰਦੇ ਸੀ, ਉਸ ਦੌਰ ਦੀ ਗੱਲ ਵੀ ਜ਼ਰੂਰ ਕਰਨਾ ਚਾਹਾਂਗੇ। ਅਤੇ ਉਹ ਤਕਲੀਫ ਵੀ ਐਸੀ ਸੀਗੀ ਵੀ ਜਿਹਨੂੰ ਨਾ ਤਾਂ ਸ਼ਬਦਾਂ ਰਾਹੀਂ ਬਿਆਨ ਕੀਤਾ ਜਾ ਸਕਦਾ ਸੀ, ਅਤੇ ਨਾ ਉਹ ਤਕਲੀਫ ਅੰਦਰ ਪਚਦੀ ਸੀ, ਅੰਦਰ ਵੀ ਨਹੀਂ ਰੱਖੀ ਜਾਂਦੀ ਸੀ, ਅਤੇ ਨਾ ਹੰਝੂ ਬਣ ਕੇ ਬਾਹਰ ਕੱਢ ਸਕਦੇ ਸੀ। ਦੇਖੋ ਪਰ ਕੁਛ ਕੁ ਕਲਾਕਾਰ ਐਸੇ ਨੇ ਜਿਹੜੇ ਪਿਛਲੇ ਗੇਟ ਥਾਣੇ ਜਾਂਦੇ ਨੇ, ਕੈਮਰੇ ਤੋਂ ਲੁੱਕ ਕੇ ਜਾਂਦੇ ਨੇ, ਅਤੇ ਮੈਂ ਇਸ ਗੱਲ ਨੂੰ ਮੈਂ ਨਹੀਂ ਪਸੰਦ ਕਰਦੀ ਵੀ ਅਸੀਂ ਹਫ਼ਤੇ ਕੁ ਬਾਅਦ ਜਾਈਏ, ਉਹਨਾਂ ਨਾਲ ਸ਼ੁਭ ਦਾ ਦੁੱਖ ਦਰਦ ਵਡਾਈਏ, ਉਹਨਾਂ ਦੇ ਜ਼ਖਮ ਅਸੀਂ ਭਰਨੇ ਆ। ਹਾਲਾਂਕਿ ਉਹ ਇਹੋ ਜਿਹੇ ਜ਼ਖਮ ਨੇ ਜਿਹੜੇ ਨਹੀਂ ਭਰ ਸਕਦੇ, ਮਾਂ ਪਿਓ ਦੇ ਜ਼ਖਮ ਕਦੇ ਨਹੀਂ ਭਰ ਸਕਦੇ। ਦੇਖੋ ਉੱਥੇ ਫੋਟੋਆਂ ਕਰਾ ਕੇ ਵੀਡੀਓ, ਉਹਨਾਂ ਨੂੰ ਬਾਅਦ 'ਚ ਕੀ ਕਹੀਏ, ਦੁੱਖ ਸੁੱਖ ਕਰਕੇ ਖੜੇ ਹੋਏ ਜੀ, ਅਸੀਂ ਤੁਹਾਡੇ ਨਾਲ ਫੋਟੋ ਖਿਚਾਉਣੇ ਆ, ਮੁੜ ਕੇ ਆਪਾਂ ਫੇਸਬੁੱਕ 'ਤੇ ਪਾ ਦਿਓ, ਆਹ ਵੇਖੋ ਜੀ ਅਸੀਂ ਸਿੱਧੂ ਮੂਸੇਵਾਲੇ ਦੇ ਘਰੇ ਦੁੱਖ ਦਰਦ 'ਤੇ ਜਾ ਕੇ ਆਏ ਹਾਂ, ਇਹ ਯੂਜ਼ ਕਰਨਾ। ਹੁਣ ਤੁਸੀਂ ਗਏ ਹੋ, ਮੈਂ ਗਈ ਹਾਂ, ਆਪਾਂ ਕੋਈ ਫੋਟੋ ਨਹੀਂ ਖਿੱਚੀ, ਨਾ ਪਾਈ, ਕਿਸੇ ਨੂੰ ਪਤਾ ਵੀ ਨਹੀਂ ਅਸੀਂ ਗਏ ਹਾਂ ਕਿ ਨਹੀਂ। ਉਦੋਂ ਥੋੜ੍ਹੇ ਦਿਨ ਹੋਏ ਸੀ ਹਜੇ ਉਹਦੀ ਡੈਥ ਨੂੰ, ਅਤੇ ਪਹਿਲਾਂ ਤਾਂ ਮੇਰੇ ਵੈਸੇ ਹੀ ਮੈਂ ਤਾਂ ਸੁਣ ਹੋ ਗਈ, ਕਿੰਨੇ ਦਿਨ ਤਾਂ ਸੁਣ ਰਹੀ, ਮੈਨੂੰ ਆਪਣੇ ਆਪ ਨੂੰ ਐਂ ਹੋਇਆ ਕਿਉਂਕਿ ਮੈਨੂੰ ਉਹਦਾ ਵੀ ਜਾਣ ਦਾ ਦੁੱਖ ਸੀਗਾ, ਅੰਦਰ ਵੀ ਆਹ ਕੀ ਹੋ ਗਿਆ, ਮੈਨੂੰ ਦੁਬਾਰਾ ਫਿਰ ਸਰਦੂਲ ਵਾਲੀ ਚੀਜ਼, ਫਿਰ ਉਹ ਸਾਰਾ ਕੁਛ ਘੁੰਮ ਗਿਆ। ਕਿੰਨੇ ਦਿਨ ਤਾਂ ਮੈਂ ਮੇਰੇ ਬੱਚੇ ਅਸੀਂ ਉੱਠੇ ਨਹੀਂ ਸਕੇ, ਹੋਰ ਇਹ ਤਰ੍ਹਾਂ ਹੋ ਗਿਆ, ਮਨ ਉਦਾਸ ਹੋ ਗਿਆ ਇੰਨਾ ਜ਼ਿਆਦਾ। ਫਿਰ ਮੈਂ ਗਈ ਉਦੋਂ ਜਾ ਕੇ, ਮੈਂ ਉਹਨਾਂ ਨਾਲ ਬੈਠੀ, ਗੱਲਾਂ ਕੀਤੀਆਂ ਪੂਰੀਆਂ ਦਰਦ, ਉਹ ਮੈਨੂੰ ਕਹਿੰਦੇ ਤੁਹਾਨੂੰ ਪਤਾ ਹੈ ਭੈਣ ਜੀ, ਕਹਿੰਦੇ ਮੇਰੇ ਦਰਦ ਦਾ, ਕਹਿੰਦੇ ਕਿਉਂਕਿ ਤੁਸੀਂ ਵੀ ਦਰਦ ਹੰਢਾਇਆ, ਤੁਸੀਂ ਮੇਰੇ ਦਰਦ ਨੂੰ ਸਮਝ ਸਕਦੇ ਹੋ ਵੀ ਮੇਰੇ 'ਤੇ ਕੀ ਬੀਤ ਰਹੀ ਹੈ, ਮੇਰਾ ਘਰ ਦਾ ਇੱਕ ਐਸਾ ਮੇਰਾ ਪਰਿਵਾਰ ਜੀ ਚਲੇ ਗਿਆ, ਅਤੇ ਤੁਸੀਂ ਵੀ ਆਪਣਾ ਇੱਕ ਘਰ ਦਾ ਥੰਮ ਖੋਇਆ, ਤੁਸੀਂ ਉਸ ਦਰਦ 'ਚੋਂ ਨਿਕਲ ਰਹੇ ਹੋ, ਤੁਸੀਂ ਮੇਰੇ ਦਰਦ ਨੂੰ ਸਮਝ ਸਕਦੇ ਹੋ।
फिर उन्होंने कुट के जफ्फी पाई तो फिर मैं देखे भी बहुत दलेर ने बहुत क्योंकि दलेर माँ ही एक दलेर बच्चे जन्म दे सकती है बहुत दलेर औरत आ उन्हें सगो मैनू भी हौसला दिता कि तुम अपना ध्यान रख्या करो घबराया ना करो बच्चे थोड़े तो नाल ने है ना तो मैं क्या कोई गल नहीं तुम भी मैं क्या सारे चो जिन्हें भी सिद्धू के फैन ने जो उन्होंने शुभरू देखे कि सिद्धू उन्होंने मिल गए लेकिन जो थोड़े दोनों की दोस्ती की नेड़ता की नज़दीकी की गल करिए तो एक दूजे तो तुम की नाल यादा समेट के लैके आए असं बहुत सारे दुख सुख अपनी जिंदगी दे सारे जो होंगे सके एक दूजे को कर देंगे सके तो इन्होंने मैनू बड़ा उदों सहारा जहा दिता हौसला दिता कई गल्लां च मैं इन्होंने कहा भी ठीक है ना चलते रहना तो वो साड़ी एक इदा की बाउंडिंग जी होगी इदा लगे जिमें असं सखियां भैन होंगे और जो असं विछड़े मेरा दिल नहीं करता भी शूट खत्म हो मैं लगता से शूट चली जाए कदे खत्म ना हो तुसी क्या भी तुसी जिंदगी दी सब तो वड्डी खुशी है तुहाडी लौंगला चीटू जो अमरदीप वालों तुहानू मिली है ना ते वो पहला कॉल जदों आया सीगा ते जसविंदर मैम तुहाडी पहले कॉल च ही हाँ हो गई सी या समा लिया है तुसी दीवा जगदा रहिंदा सी भी मैं कदे फिल्म च काम करा इन्ना मैनू पता सी भी शायद हीरो नाला मेरा चेहरा नहीं है क्योंकि मैं आप दीयां कमियां नू बंदा ओही जिहड़ा आप दीयां कमियां नू खुद जाणदा होवे लोक ना गणाउण बंदे नूं खुद पता होवे भी मेरे च आ कमियां मैं शीशा रोज देखदी मैनूं ये पता सी भी हीरो नाला मेरा चेहरा है नहीं पर मैं फिल्म करना चाहुंदी सी मैं चाहुंदी सी भी भावें काली पीली की भावें लीरां पा के भावें बोरी पा के एक्ट वधिया होवे रोल वधिया होवे अंदर सोचदी रहिंदी हुंदी सीगी है ना ते लेट पूरी हुई पर ऐसी हुई भी मिसाल ही कायम वो भी अंबरदीप सर एमी विर्क ला लो नीरू बाजवा नूरी भैन जी ने मेरे ख्याल पता नहीं किनिया फिल्मा कर लिया बाकी मैं जे मेरी ये खुशी सी मेरे आले दुआले मैनू बहुत मतलब हाथ फड़ के सिखाउण वाले लोग भी सी दिल अपने आप ही जिद्दां एक भावुक जिहा हो जांदा है क्योंकि पंजाब ते इक्को सी तां सियासतां दा जिहड़ा रौला जिहा कह सकदे आं वी 47 वेले वंड दा जिहड़ा दौर सानूं हंडाउणा पिया सो तुसीं फिर एक बार उस नूं फिल्म दे विच जी आए चाहे असीं भाषा की गल कर लीए पहरावे की गल कर लीए सो किस तरह उस चीज़ नूं तुसीं जी के आए हो सो एक्ट ही इस तरीके नाल कराया जांदा सीगा वी सानूं ऐ लगदा सीगा वी जदों आपदे रूम च आ के शीशे च चेहरा देखदे सी असीं आपदे आप नूं भुल गए सी ਦੇਸੀ ਕੌਣ ਐ ਲੱਗਦਾ ਸੀ ਉਹ ਉਹੀ ਕੈਰੈਕਟਰ ਹੈ ਜਿਹੜਾ ਤੁਰਿਆ ਕਰਦਾ ਉਸ ਯੁੱਗ ਦੇ ਲੋਕ ਲੱਗਣ ਲੱਗ ਗਏ ਸੀ ਕੋਈ ਮਲਮਲ ਦੀਆਂ ਚੁੰਨੀਆਂ ਚਲੋ ਤੁਸੀਂ ਤਾਂ ਰਿਚ ਫੈਮਿਲੀ ਦਿਖਾਏ ਸੀ ਇਹਨਾਂ ਦੀ ਤਾਂ ਪੂਰੀ ਟੌਰ ਸਿਰ ਤੇ ਮੈਂ ਕਹਿੰਦੀ ਕੀ ਬਾਤ ਮੈਂ ਹਮੇਸ਼ਾ ਇਹਨਾਂ ਵੱਲ ਦੇਖਦੀ ਜਿਹੜਾ ਸੂਟ ਪਾ ਦਿੰਦੇ ਪਵ ਦਾ ਤੇ ਸਾਨੂੰ ਮਤਲਬ ਉਹ ਸਨ ਸਰਕਾਰੀ ਵੀ ਦਿਖਾਇਆ ਸੀ ਉਤਾਰ ਚੜਾ ਉਹਦੇ ਵਿੱਚ ਦਿਖਾਇਆ ਸੀ ਉਹ ਸਾਡੇ ਵਾਲੇ ਪਹਿਰਾਵਿਆਂ ਚ ਤੇ ਉਹ ਜਦੋਂ ਸੰਨ 47 ਵਾਲੇ ਵੱਡੇ ਵੱਡੇ ਪਹੁੰਚਣ ਵਾਲੇ ਸੂਟ ਪਾਏ ਕਫਾਂ ਵਾਲੀਆਂ ਬਾਹਾਂ ਪਾਈਆਂ ਆਪਾਂ ਜ਼ਿਆਦਾ ਵੀ ਨਹੀਂ ਨਾ ਹੋ ਦੱਸਣਾ ਹੈਗਾ ਫਿਰ ਬਾਕੀ ਦੇ ਫਿਲਮਾਂ 'ਚ ਦੇਖਣਗੇ ਜਾ ਕੇ ਸਾਰੇ ਆਹ ਗੁੱਡ 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 ਕਈ ਕਈ ਲੱਖ ਦੇ ਨੇ ਲੱਖ ਦੇ ਹੁਲਾਰੇ ਕਈ ਕਈ ਲੱਖ ਦੇ ਨੇ ਲੱਖ ਦੇ ਹੁਲਾਰੇ ਵੱਖ ਨੇ ਅਦਾਵਾਂ ਮੇਰੇ ਵੱਖਰੇ ਇਸ਼ਾਰੇ ਵੱਖ ਨੇ ਅਦਾਵਾਂ ਮੇਰੇ ਵੱਖਰੇ ਇਸ਼ਾਰੇ ਵੱਖ ਨੇ ਅਦਾਵਾਂ ਮੇਰੇ ਵੱਖਰੇ ਇਸ਼ਾਰੇ ਜਦੋਂ ਨੱਚਦੇ ਹੈਰਾਨ ਹੁੰਦੇ ਸਾਰੇ ਹਾਂ ਜਦੋਂ ਨੱਚਦੇ ਹੈਰਾਨ ਹੁੰਦੇ ਸਾਰੇ ਹਾਂ ਵੇ ਤਾੜੀਆਂ ਦੀ ਤਾੜੀਆਂ ਦੀ ਤਾਲ ਵੱਜਦੀ ਨਾਲ ਨੱਚਦੇ ਸੀ ਅੰਬਰਾਂ ਦੇ ਤਾਰੇ ਹਾਂ ਵੇ ਤਾੜੀਆਂ ਦੀ ਤਾਲ ਵੱਜਦੀ ਨਾਲ ਨੱਚਦੇ ਸੀ ਅੰਬਰਾਂ ਦੇ ਤਾਰੇ ਉਤਾਰੇ ਉਤਾਰੇ ਵੇ ਤਾੜੀਆਂ ਦੀ ਤਾਲ ਵੱਜਦੀ ਸੋ ਬਹੁਤ ਬਹੁਤ ਸਵਾਗਤ ਕਰਦੇ ਹਾਂ ਅਖਾੜਿਆਂ ਦੀ ਰਾਣੀ ਅਤੇ ਸੂਰਤ ਅਤੇ ਸੀਰਤ ਦੀ ਪਿਆਰੀ ਅਮਰਨੂਰੀ ਜੀ ਐਂਡ ਜਸਵਿੰਦਰ ਬਰਾੜ ਜੀ ਬਹੁਤ ਸਤਿ ਸ਼੍ਰੀ ਅਕਾਲ ਹੈ ਮੈਮ ਤੁਹਾਡਾ ਦੋਨਾਂ ਦਾ ਸੋ ਲੌਂਗ ਰਾਚੀ ਟੂ ਲਈ ਬਹੁਤ ਬਹੁਤ ਮੁਬਾਰਕਾਂ ਨੇ
लौंगला जी नाम भी मतलब हैगा लौंगला जी टू ते नाल दो दो जड़े हीरे बंदे ने साडे नाल मौजूद ने ते मैं जरूर जानना चाहवांगी जो रैप अप होया सीगा ना ते तुहाडी वीडियो वेखी सी ते तुसी क्या सीगा वी असी कुदरत दी गोद चो वापस जा रहे हां असी रेत दे टिब्बियां तो शूट करके वापस जा रहे हां है ना लेकिन जे तुहाडे दोनां दी दोस्ती दी नेड़ता दी नज़दीकी दी गल करिए ते एक दूजे तो तुसी की नाल यादां समेट के लैके आए हो असी जदों भी शूट करते होंगे सी असी सवेरे पहला तो सैर करनी कट्ठिया ने ताजगी होंगी सी उत्थे ना सवेरे सवेरे ठंडा होंदा सी ते फिर असी जदों तैयार होके अपने सैट ते जाना तैयार तुर होके उत्थे जदों असी फ्री टाइम होंदा सीगा असी बहुत सारे दुख सुख अपनी जिंदगी दे सारे जो होंदे सीगे एक दूजे कोल कर देंदे सीगे ते इन्हां ने मैनूं बड़ा उदों सहारा जिहा दित्ता हौसला दित्ता कई गल्लां च मैं इन्हां नूं कहा भी ठीक है ना चलदे रहना है ते उह साडी इक इदां दी बाउंडिंग जी हो गई इदां लग्गिया जिवें असीं सखियां भैणां हुंदियां है और जदों असीं विछड़े मेरा दिल नहीं सी करदा वी शूट खत्म होए मैनूं लगदा सी इह शूट चली जावे कदे खत्म ना होवे वी सारे जणे इन्ने वधिया सीगे उत्थे लोक और खास करके इन्हां नाल तां बहुत ज़्यादा साडा सीगा साडा रोल भी ज़्यादा करे इकट्ठा ही सीगा ते मज़ा बहुत आउंदा हुंदा सी सानूं उह यादां लै के जदों घर आए ते मैं किन्ने दिन तो इदा ही होगी होर तरह मेरा दिल ना लगे सारे इदी याद आन कुदरती मैनू तो हम पता नहीं सी मैं क्या चलो फिल्म खत्म हो गई शूट खत्म हो गया तो मैंने इन्नी याद आवे मैं कहा हाए काश कि ना कितने एवें सोचा मैं कि कह दर जी थोड़ा जहा रह गया तुम फिर आ जाओ मैं दोबारा कट्ठे हो जाइए वो सच्ची इदा ही होया पांच छे दिन बाद फोन आ गया जी कहते भी दिन तो होर शूट आ जाओ हाँ तुम एक महीना एक लगाया तो उतो भी वाद ही मेरे ख्याल है ना सवा महीना एक लाया अपडेट कोशिश कर रील्स बनाते होंगे एक दूजे की भी बनाई विखांदे होंगे बड़ी वायरल हो जो मां फिल्म का गाना सरदूल जी बहुत है ना बहुत सारा रील जी वायरल हुई अच्छा लेंदे पंजाब ते चढ़दे पंजाब दी जो गल आउंदी है ना ते दिल अपने आप ही जिद्दां एक भावुक जिहा हो जांदा है क्योंकि पंजाब ते इक्को सी तां सियासतां दा जिहड़ा रौला जिहा कह सकदे आ वी 47 वेले वंड दा जिहड़ा दौर सानूं हंडाउणा पिया फिर बदल होया तुसीं फिर एक बार उस नूं फिल्म दे विच जी आए चाहे असीं भाषा दी गल कर लईए पहरावे दी गल कर लईए सो किस तरह उस चीज़ नूं तुसीं जी के आए हो कराया जांदा सीगा वी सानूं ऐ लगदा सीगा वी जदों आपदे रूम च आ के शीशे च चेहरा देखदे सी असीं आपदे आप नूं ही भुल गए सी वी असीं कौण आ ऐ लगदा सी वी उही करैक्टर है जिहड़ा तुरिया फिरदा ਮੈਨੂੰ ਤਾਂ ਇੱਦਾਂ ਲੱਗਦਾ ਜੀ ਮੈਂ 47 ਦੇ ਵਿੱਚ ਹੀ ਚਲੇ ਗਏ ਸੀ ਅਸੀਂ 47 ਦੇਖਿਆ ਨਹੀਂ ਸੀ ਪਰ ਆਪਣੇ ਮੰਮੀ ਪਾਪਾ ਤੋਂ ਬਜ਼ੁਰਗਾਂ ਤੋਂ ਗੱਲਾਂ ਸੁਣੀਆਂ ਸੀ ਇੱਦਾਂ ਹੋਇਆ ਸੀ ਆਹ ਹੋਇਆ ਸੀ ਪਰ ਜਦੋਂ ਉੱਥੇ ਉਹ ਐਕਟ ਕੀਤਾ ਸਾਰਾ ਹੰਡਾਇਆ ਰੋਲ ਇੰਨਾ ਕੁ ਦਿਮਾਗ 'ਤੇ ਛਾ ਗਿਆ ਵੀ ਸਾਨੂੰ ਜਦੋਂ ਇਸ ਐਰੇ 'ਚ ਆਉਂਦੇ ਸੀ ਸਾਨੂੰ ਲੱਗਦਾ ਸੀ ਝਟਕਾ ਲੱਗਦਾ ਸੀ ਵੀ ਅਸੀਂ ਉਸ ਐਰੇ 'ਚ ਬੈਠੇ ਹਾਂ ਇੱਕਦਮ ਅਸੀਂ ਇੱਧਰ ਆਉਂਦੇ ਸੀ ਵੀ ਸਾਨੂੰ ਲੱਗਦਾ ਸੀ ਹੈ ਇਹ ਕਿਹੜਾ ਯੁੱਗ ਆ ਜਿਵੇਂ ਕੋਈ ਮਸ਼ੀਨ ਟਾਈਮ ਮਸ਼ੀਨ ਨਹੀਂ ਹੁੰਦੀ ਉਹਦੇ ਵਿੱਚ ਪੈ ਕੇ ਅਸੀਂ ਪਿੱਛੇ ਨੂੰ ਚਲੇ ਗਏ ਹਾਂ ਇੱਦਾਂ ਹੋ ਗਿਆ ਸੀ ਉੱਥੋਂ ਦਾ ਪਹਿਰਾਵਾ ਸਾਰਿਆਂ ਦਾ ਮਾਹੌਲ ਹਵੇਲੀਆਂ ਸਾਰੇ ਜਿੰਨੇ ਆਰਟਿਸਟ ਸੀ ਸਾਰੇ ਉਸੇ ਕਰੈਕਟਰ 'ਚ ਤੁਰੇ ਫਿਰਦੇ ਨੇ ਉਹ ਲੱਗਦਾ ਹੀ ਨਹੀਂ ਸੀਗਾ ਵੀ ਅਸੀਂ ਅੱਜ ਦੇ ਯੁੱਗ ਦੇ ਲੋਕ ਹਾਂ ਨਾ ਉਸ ਯੁੱਗ ਦੇ ਲੋਕ ਲੱਗਣ ਲੱਗ ਗਏ ਸੀ ਕੋਈ ਮਲਮਲ ਦੀਆਂ ਚੁੰਨੀਆਂ ਚਲੋ ਤੁਸੀਂ ਤਾਂ ਰਿਚ ਫੈਮਿਲੀ ਦਿਖਾਈ ਸੀ ਇਹਨਾਂ ਦੀ ਤਾਂ ਪੂਰੀ ਟੌਰਸ ਮੈਂ ਕਹਿੰਦੀ ਕਿਆ ਬਾਤ ਮੈਂ ਹਮੇਸ਼ਾ ਇਹਨਾਂ ਵੱਲ ਦੇਖਦੀ ਜਿਹੜਾ ਸੂਟ ਪਾ ਦਿੰਦੇ ਪਾਪ ਦਾ ਗੁੱਡ
खुशबू जी महसूस होंगी है ना तो मैं पढ़े भी है हर एक थले कैप्शन दिता है एक कब्जे दबना या लैणा वाला गिरोह का किरदार प्ले किया क्या भी जिंदगी की सब तो वड्डी खुशी है लोंगला चीटू जो अमरदीप वालों तुहानू मिली है ना तो वह पहला कॉल जो आया सीगा तो जसविंदर मैम तुहाडी पहली कॉल च ही हाँ हो गई सी या समा लिया है तुसी यकीन करूंगी मैं मतलब आप कलाकार लोग हैं मैं शाम नू एक बाबा जी नू असीं मानते हैं उन्हां दी जोत करते उस तो बाद माँ दुर्गा की मैं जोत लाउनी सरस्वती माँ दुर्गा की जोत लाउनी तो उत्थे मैं बैठी सी जोत ला रही सी उस टाइम शाम का ही टाइम सीगा तो मैनू कहिंदे भी जरूरी कॉल है तो गल कर लै मैं शुरू नहीं की साफ सफाई करके मतलब हाथ धो के दोबारा बहना ही सीगा तो कहिंदे भी लौंग इलायची टू च तुहाडा बुलावा है तो तुसी रोल एक्ट करना चाहोगे मैं कहा जी बिल्कुल तो फिर मैनू स्टोरी दसी गई थोड़ी जी बहुत ही नहीं मतलब भी इन्नी की दसी गई भी तुसी मतलब अंबर दे मामा दा रोल करोगे तो वाल चिट्टे दिखाए जाएंगे थोनू काफ़ी मच्योर 70 साल के नेड़े दिखाया जाऊगा है ना मैं ओके मैं भावें सारा एक्ट तो एक्ट है रोल तो रोल है जी ते बिल्कुल 70 साल वाली तो थोड़े दोनों की कोई गल लग ही नहीं रही है ताड़ियाँ दे विच तुसी ओ ताड़ी मार मार साड़ियाँ मतलब मैं लगता सारियां दे पब तो सारियां दी ताड़ियाँ निकलियां ने तो पब चके गए ने सो एक बार साड़ी ऑडियंस दे लई दो लाइना दोनों वालों प्लीज हाँ जी मारिए ताड़ियाँ हाँ जी बिल्कुल जी बिल्कुल कई कई लख देने लख दे हुलारे कई कई लख देने लख दे हुलारे वख ने अदामा मेरे वखरे इशारे वख ने अदामा मेरे वखरे इशारे वख ने अदामा मेरे वखरे इशारे जदों नचदी हैरान हुंदे सारे हां जदों नचदी हैरान हुंदे सारे हां वे ताड़ियां दे ताड़ियां दी ताल वजदी नाल नचदे सी अंबरां दे तारे हां ताड़ियां दी ताल वजदी नाल नचदे सी अंबरां दे तारे उतारे उतारे ताड़ियां दी ताल वजदी क्या बात है क्या बात है मैनू लगता है कि ये तालियां जिहड़ियां ने बहुत वजन वाली ने सिनेमा घरां दे विच बहुत वधिया लगन वाला तुहानू परदे ते देख थोड़ी जुबान ते क्यों शक्कर परी जुबान मुबारक होवे सो मैनू लगता है कि दर्शकों ने बहुत सोहनी तरह कबूल लिया है इस फिल्म के ट्रेलर नू ते बहुत अच्छा उन्हां दा रिस्पोंस जिहड़ा है तुहाडे वल ते पूरी टीम वल हैगा एक गल दी मैं कह सकदी हां कि वड्डियां तों हमेशा छोटे सिखदे ने सो तुहाडे कोलों सीखण नूं बहुत कुछ हैगा जदों इस फिल्म का शूट होया उस पूरे टाइम पीरियड दे विच जिथे एक पासे एक कलाकार अदाकारी विखा रहा सी एक कलाकार अपनी जॉब कर रहा सी उत्थों ही तुसी दोवां ने बुरे दौर भी हंडाए ने ठीक है तुहाडा गाणा आउट होया ते तुसी सरदूल सर नूं बहुत मिस किया कि अखीरला गाणा है माँ फिल्म का ड्यूरिंग PR फिल्म भी आ गई उत्थे ही तुहाडे भतीज की गल करिए अंबरां दे उस तारे की गल करिए 911 की गल करिए टिब्बियां दे पुत शुभदीप दी यानी कि सिद्धू दी गल करिए सो एक पासे तुसी उत्थे लत हुंदी सी दिल च दर्द हुंदा सी दूजे पासे अदाकारी करदे सी उस दौर दी गल भी जरूर करना चाहवांगे क्योंकि कलाकार दिल च बड़ा कुछ समेट के ते अपनी जॉब करदा है जो असी पर्दे ते वेखांगे लेकिन वो दुख जिहड़ा तुसी हंडा के काम कीता तुसी जदों कह रहे सी कि वी असी कट्ठे घूमदे सी दुख दर्द हंडाउंदे सी ते मैं महसूस कर पा रही सी कि ये जड़े वड्डे इन्ने जिंदगी दे घाटे होए ने गे ये तुसी उस टाइम ते जरूर बह के सांझे करदे होवोंगे वो दौर दी गल मैं जरूर करना चाहवांगी बिल्कुल जी ये आपदे दर्द तो गुजर रहे से जदों फिल्म शुरू हुई सी उदों बड़े अच्छे दौर च शुरू हुई बस थोड़े टाइम बाद ही ये हादसा होया जदों सैकेंड अपना सीगा हां सैकेंड नहीं सैकेंड नहीं सी आपां मैं प्रोग्राम लाउण वापस आई सीगी ਨਹੀਂ ਜਦੋਂ ਆਪਣਾ ਸੈਕਿੰਡ ਸਕੇਡਿਊਲ ਸੀ ਨਾ ਉਦੋਂ ਇਹ ਪਾਣਾ ਬੀਤਿਆ ਸੀ ਜਦੋਂ ਮੈਂ PR ਫਿਲਮ ਦੀ ਕਰ ਰਹੀ ਸੀ PR ਫਿਲਮ ਰਿਲੀਜ਼ ਹੋਈ ਸੀ ਥੋੜੇ ਦਿਨ ਪਹਿਲੇ ਹਾਂ ਮੈਂ ਪ੍ਰੋਗਰਾਮ ਲਈ ਵਾਪਸ ਆਈ ਉਸ ਤੋਂ ਬਾਅਦ ਇੱਕਦਮ ਹੋ ਗਿਆ ਸੀ
मैं प्रोग्राम वाले वापस आई सी मतलब मैं प्रोग्राम तो आ रही थी जो मैं 29 दी गल है ना आप फ्री हो गए सी 13 ਨੂੰ ਅਪਾ 13 ਮਈ ਨੂੰ ਆ ਗਏ ਸੀ ਵਾਪਸ ਇਹ 29 ਦੀ ਗੱਲ ਹੈ 29 ਮਈ ਦੀ ਰੀਸਕੇਡਿਊਲ ਤੋਂ ਬਾਅਦ ਜਿਹੜਾ ਉਸ ਤੋਂ ਬਾਅਦ ਸਕੇਡਿਊਲ ਸੀ ਉਦੋਂ ਫਿਰ ਸਾਰੇ ਟੁੱਟੇ ਹੋਏ ਦੁਖੀ ਤਕਲੀਫ ਚ ਦਰਦ ਵਿੱਚ ਸੀਗੇ ਸਾਰੇ ਸੈਕਿੰਡ ਸਕੇਡਿਊਲ ਦੇ ਵਿੱਚ ਤੇ ਉਹ ਤਕਲੀਫ ਵੀ ਐਸੀ ਸੀਗੀ ਵੀ ਜਿਹਨੂੰ ਨਾ ਤਾਂ ਸ਼ਬਦਾਂ ਰਾਹੀਂ ਬਿਆਨ ਕੀਤਾ ਜਾ ਸਕਦਾ ਸੀ ਤੇ ਨਾ ਉਹ ਤਕਲੀਫ ਅੰਦਰ ਪੱਚਦੀ ਸੀ ਅੰਦਰ ਵੀ ਨਹੀਂ ਰੱਖੀ ਜਾਂਦੀ ਸੀ ਤੇ ਨਾ ਹੰਝੂ ਬਣ ਕੇ ਬਾਹਰ ਕੱਢ ਸਕਦੇ ਸੀ ਦੇਖੋ ਮੇਕਅਪ ਖਰਾਬ ਹੁੰਦੀ ਸੀ ਪਰ ਅਸੀਂ ਜ਼ਰੂਰ ਕਹਿ ਸਕਦੇ ਹਾਂ ਕਿ ਸਿੱਧੂ ਇੱਕ ਸਿਰਫ ਸ਼ੇਰ ਅਤੇ ਸ਼ੇਰਨੀ ਵਰਗੇ ਮਾਂ ਬਾਪ ਦਾ ਜਿਗਰਾ ਰੱਖਣ ਵਾਲੇ ਹੈ ਨਾ ਉਹਨਾਂ ਦੇ ਮੰਮੀ ਪਾਪਾ ਹੈਗੇ ਨੇ ਤੁਸੀਂ ਵੀ ਬਰਾਬਰ ਹੀ ਹੋ ਉਹਨਾਂ ਤੋਂ ਬਾਅਦ ਕੰਮ ਕਲਾਕਾਰ ਨਹੀਂ ਛੱਡ ਸਕਦੇ ਕਿਉਂਕਿ ਸਾਡੀ ਰੋਜ਼ੀ ਰੋਟੀ ਹੈ ਤੁਸੀਂ ਜਦੋਂ ਅਗਲਾ ਸ਼ੋਅ ਲਗਾਇਆ ਸੀ ਤੁਸੀਂ ਪੱਟ 'ਤੇ ਥਾਪੀ ਮਾਰ ਕੇ ਸਿੱਧੂ ਨੂੰ ਟ੍ਰਿਬਿਊਟ ਦਿੱਤਾ ਅਸੀਂ ਦੇਖਿਆ ਜਿੱਥੇ ਇੱਕ ਪਾਸੇ ਉਹਨਾਂ ਦੇ ਗਾਣੇ ਤੋਂ ਮੁੜ ਵਾਪਸੀ ਕੀਤੀ ਤੁਸੀਂ ਸਿਨੇਮਾ ਦੇ ਵਿੱਚ ਕਿਹਾ ਗਰਜ ਕੇ ਨਾਮ ਬਾਹਰ ਆਇਆ ਕਿ ਬੁਫਰਾਂ ਉੱਤੇ ਮਿਰਜ਼ਾ ਗਾਉਂਦੀ ਸੁਣੀ ਜਸਵਿੰਦਰ ਬਰਾੜਕੂਰੇ ਉਸ ਤੋਂ ਬਾਅਦ ਹੁਣ ਫਿਲਮ ਵੀ ਆ ਗਈ ਹੈ ਮੁੜ ਤੋਂ ਵਾਪਸੀ ਤੁਸੀਂ ਉਹਨਾਂ ਲਈ ਇਲੈਕਸ਼ਨਸ ਵੇਲੇ ਅਪੀਲ ਵੀ ਕੀਤੀ ਉਸ ਤੋਂ ਬਾਅਦ ਤੁਸੀਂ ਹੁਣ ਜਿਹੜੇ ਫੁੱਲ ਔਨ ਪਰਥ ਦੇ ਵਿੱਚ ਤੁਹਾਡਾ ਆਡੀਅੰਸ ਦੇ ਨਾਲ ਭਰਿਆ ਸ਼ੂਟ ਗਿਆ ਤੁਸੀਂ ਉਹਦੇ ਲਈ ਵੀ ਉਹ ਵੀ ਉਹਨਾਂ ਨੂੰ ਡੈਡੀਕੇਟ ਕੀਤਾ ਮੈਮ ਤੁਸੀਂ ਉਹਨਾਂ ਨੂੰ ਭਤੀਜ ਕਹਿੰਦੇ ਹੋ ਇਹ ਰਿਸ਼ਤਾ ਗਾਣੇ ਵੇਲੇ ਜੁੜਿਆ ਗਾਣੇ ਤੋਂ ਬਾਅਦ ਜੁੜਿਆ ਜਾਂ ਉਸ ਤੋਂ ਪਹਿਲਾਂ ਹੀ ਜੁੜਿਆ ਹੋਇਆ ਸੀਗਾ ਉਸ ਤੋਂ ਪਹਿਲਾਂ ਸੀ ਮਤਲਬ ਵੀ ਪਰ ਮੇਰੀ ਆਪਦੀ ਲਾਈਫ ਸੀ ਮੇਰੀ ਇੱਕ ਆਦਤ ਹੈ ਉਹ ਸ਼ੁਭ ਵੀ ਉੱਦਾਂ ਦਾ ਹੀ ਸੀ ਉਹ ਕਿਸੇ ਦੀ ਜ਼ਿੰਦਗੀ 'ਚ ਦਖਲ ਨਹੀਂ ਦਿੰਦਾ ਸੀ ਹੈ ਨਾ ਉਹ ਆਪਦੇ ਪੇਰੈਂਟਸ 'ਚ ਅਤੇ ਆਪਦੀ ਲਾਈਫ 'ਚ ਇੰਨਾ ਕੁ ਮਸਤ ਸੀਗਾ ਉਹ ਮਤਲਬ ਆਪ ਇੱਕ ਵਾਰੀ ਉਹ ਕਿਸੇ ਕੋਲ ਜੇ ਕਹਿੰਦਾ ਸੀ ਉਹ ਅੱਖ ਪਛਾਣ ਲੈਂਦਾ ਸੀ ਫਿਰ ਜੇ ਕੋਈ ਉਹ ਤੋਂ ਇੱਕ ਕਦਮ ਪਿੱਛੇ ਹਟਦਾ ਸੀ ਨਾ ਉਹ ਤੋਂ 10 ਕਦਮ ਪਿੱਛੇ ਹਟ ਜਾਂਦਾ ਸੀ ਸ਼ਿਕਾਇਤ ਨਹੀਂ ਕਰਦਾ ਸੀ ਸ਼ਿਕਾਇਤ ਉਹ ਕਰਨੀ ਨਹੀਂ ਜਾਣਦਾ ਸ਼ਿਕਾਇਤ ਕਰਦਾ ਸੀ ਗੀਤਾਂ ਰਾਹੀਂ ਕਰਦਾ ਸੀ ਕਲਮ ਰਾਹੀਂ ਕਰਦਾ ਸੀ ਬੋਲ ਕੇ ਅਗਲੇ ਨੂੰ ਨਹੀਂ ਕਹਿੰਦਾ ਸੀ ਵੀ ਤੂੰ ਮੇਰਾ ਮਾੜਾ ਕੀਤਾ ਪਤਾ ਵੀ ਲੱਗ ਜਾਂਦਾ ਸੀ ਉਹਨੂੰ ਵੀ ਉਹ ਫਲਾਂ ਇਨਸਾਨ ਨੇ ਯਾਰ ਮੇਰੇ ਨਾਲ ਗਰਜਣਾ ਵਰਤ ਰਿਹਾ ਜਾਂ ਮੇਰੇ ਫੇਮ ਨੂੰ ਮੇਰੇ ਨਾਂ ਨੂੰ ਯੂਜ਼ ਕਰ ਰਿਹਾ ਪਤਾ ਉਹਨੂੰ ਸਾਰਾ ਕੁਛ ਸੀ ਪਤਾ ਉਹਦੇ ਪੇਰੈਂਟਸ ਨੂੰ ਵੀ ਸਾਰਾ ਕੁਛ ਸੀ ਹੈ ਨਾ ਪਰ ਮੈਂ ਉਹਨਾਂ ਦੀ ਸਿਆਣਪ ਮੰਨਦੀ ਹਾਂ ਉਹਨਾਂ ਨੂੰ ਪਤਾ ਸੀ ਵੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਹੀ ਜਾਣਾ ਹੈ ਨਾ ਐਂਡ ਕੀ ਹੋਇਆ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਜਿਹੜੇ ਅੱਛੇ ਰਿਸ਼ਤੇ ਸੀ ਉਹ ਸ਼ੁਭ ਕੋਲ ਰਹਿ ਗਏ ਹੈ ਨਾ ਜੀ ਜਿਹੜੇ ਮਤਲਬ ਆਏ ਸੀ ਹਵਾ ਦੇ ਬੋਲੇ ਵਾਂਗੂ ਆਏ ਸੀ ਉਹ ਚਲੇ ਗਏ ਅਤੇ ਹੁਣ ਵੀ ਮੈਂ ਸੋਚਦੀ ਹੁੰਦੀ ਹਾਂ ਵੀ ਮੈਂ ਜਾਣੀ ਹਾਂ ਸ਼ਾਇਦ ਕਈ ਲੋਕਾਂ ਨੂੰ ਇਹ ਲੱਗਦਾ ਹੁੰਦਾ ਵੀ ਯਾਰ ਨਹੀਂ ਜਸਵਿੰਦਰ ਜਾ ਨਹੀਂ ਰਹੀ ਪਰ ਕੁਛ ਕੁ ਕਲਾਕਾਰ ਐਸੇ ਨੇ ਜਿਹੜੇ ਪਿਛਲੇ ਗੇਟ ਥਾਣੀ ਜਾਂਦੇ ਨੇ ਕੈਮਰੇ ਤੋਂ ਲੁੱਕ ਕੇ ਜਾਂਦੇ ਨੇ ਅਤੇ ਮੈਂ ਇਸ ਗੱਲ ਨੂੰ ਮੈਂ ਨਹੀਂ ਪਸੰਦ ਕਰਦੀ ਵੀ ਅਸੀਂ ਹਫ਼ਤੇ ਕੁ ਬਾਅਦ ਜਾਈਏ ਉਹਨਾਂ ਨਾਲ ਸ਼ੁਭ ਦਾ ਦੁੱਖ ਦਰਦ ਵਡਾਈਏ ਉਹਨਾਂ ਦੇ ਜ਼ਖਮ ਅਸੀਂ ਭਰਨੇ ਆ ਹਾਲਾਂਕਿ ਉਹ ਇਹੋ ਜਿਹੇ ਜ਼ਖਮ ਨੇ ਜਿਹੜੇ ਨਹੀਂ ਭਰ ਸਕਦੇ ਮਾਂ ਪਿਓ ਦੇ ਜ਼ਖਮ ਕਦੇ ਨਹੀਂ ਭਰ ਸਕਦੇ ਦੇਖੋ ਉੱਥੇ ਫੋਟੋਆਂ ਕਰਾ ਕੇ ਵੀਡੀਓ ਉਹਨਾਂ ਨੂੰ ਬਾਅਦ 'ਚ ਕੀ ਕਹੀਏ ਦੁੱਖ ਸੁੱਖ ਕਰਕੇ ਖੜੇ ਹੋਏ ਜੀ ਅਸੀਂ ਤੁਹਾਡੇ ਨਾਲ ਫੋਟੋ ਖਿਚਾਉਣੀ ਆ ਮੁੜ ਕੇ ਆਪਾਂ ਫੇਸਬੁੱਕ ਤੇ ਪਾ ਦਿਓ ਆਹ ਵੇਖੋ ਜੀ ਅਸੀਂ ਸਿੱਧੂ ਮੂਸੇਵਾਲੇ ਦੇ ਘਰੇ ਦੁੱਖ ਦਰਦ ਤੇ ਜਾ ਕੇ ਆਏ ਹਾਂ ਨਹੀਂ ਇਹ ਯੂਜ਼ ਕਰਨਾ ਹੁਣ ਤੁਸੀਂ ਗਏ ਹੋ ਮੈਂ ਗਈ ਹਾਂ ਆਪਾਂ ਕੋਈ ਫੋਟੋ ਨਹੀਂ ਖਿੱਚੀ ਨਾ ਪਾਈ ਕਿਸੇ ਨੂੰ ਪਤਾ ਵੀ ਨਹੀਂ ਅਸੀਂ ਗਏ ਆ ਕਿ ਨਹੀਂ ਅਸੀਂ ਉਹਨਾਂ ਦੇ ਮਾਂ ਬਾਪ ਨਾਲ ਦੁੱਖ ਸਾਂਝਾ ਕਰਨਾ ਹੈ ਉਹਨਾਂ ਕੋਲ ਗਏ ਅਸੀਂ ਉਹਨਾਂ ਨਾਲ ਅਸੀਂ ਦਿਖਾਉਣਾ ਥੋੜੀ ਲੋਕਾਂ ਨੂੰ ਘਰੇ ਬੈਠੇ ਇੱਕ ਗੱਲ ਕਰਦੀ ਹੁੰਦੀ ਹਾਂ ਮੈਂ ਕਿਹਾ ਹਲੇ ਤਾਂ ਲੌਂਗ ਟਾਈਮ ਪਿਆ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਫੇਰ ਹੋ ਜਾਣਾ ਸਹੀ ਗੱਲ ਹੈ ਹਲੇ ਤਾਂ ਲੌਂਗ ਟਾਈਮ ਪਿਆ ਮੈਨੂੰ ਕੋਈ ਸਵਾਲ ਕਰੇ ਨਾ ਤੇ ਮੈਂ ਕਹਿੰਦੀ ਹੁੰਦੀ ਹਲੇ ਤਾਂ ਲੌਂਗ ਟਾਈਮ ਪਿਆ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਫੇਰ ਹੋ ਜਾਣਾ ਜਿਹੜੇ ਆਪਾਂ ਨੂੰ ਕਹਿਣ ਦੀ ਕੀ ਲੋੜ ਹੈ ਜਿਹੜੇ ਅਸਲ ਹਮਦਰਦ ਨੇ ਨਾ ਉਹ ਤਾਂ ਟਾਈਮ ਪਏ ਤੋਂ ਬਾਅਦ ਪਤਾ ਲੱਗੂਗਾ ਵੀ ਕੌਣ ਖੜਿਆ ਨੇੜੇ ਹੈ ਨਾ ਉਹ ਸੱਚੀ ਗੱਲ ਹੈ ਤੁਹਾਡੀ ਉਹ ਪਿਛਲੇ ਦਰਵਾਜ਼ੇ ਤੇ ਜਾਂਦੇ ਨੇ ਉਹਨਾਂ ਨਾਲ ਦੁੱਖ ਸੁੱਖ ਕਰਕੇ ਪਿੱਛੋਂ ਹੀ ਆ ਜਾਂਦੇ ਨੇ ਇਹ ਨਹੀਂ ਵੀ ਲੋਕਾਂ ਨੂੰ ਦਿਖਾਵਾ ਕਰਕੇ ਆਪਣਾ ਉਹਦਾ ਵੱਡਾ ਦੁੱਖ ਹੈ ਨਹੀਂ ਉਹਦੇ ਪੇਰੈਂਟਸ ਤੋਂ ਵੱਡਾ ਦੁੱਖ ਹੈ ਨਹੀਂ ਨਾ ਉਹ ਤਾਂ ਦੇਖੋ ਮੈਂ ਉਹਦੀ ਮੰਮੀ ਨਾਲ ਗੱਲ ਹੋਈ ਮੇਰੀ ਸ਼ੁਭ ਦੀ ਮੰਮੀ ਨਾਲ ਜਦੋਂ ਮੈਂ ਗਈ ਹਾਂ ਤੁਹਾਨੂੰ ਪਤਾ ਹੀ ਹੈ ਜਦੋਂ ਆਪਾਂ ਗਏ ਸੀਗੇ ਇਹਨਾਂ ਨੂੰ ਫੋਨ ਕੀਤਾ ਮੈਂ ਕਿਹਾ ਮੈਂ ਉਹਨਾਂ ਨਾਲ ਕਦੇ ਗਈ ਨਹੀਂ ਉਦੋਂ ਥੋੜ੍ਹੇ ਦਿਨ ਹੋਏ ਸੀ ਹਜੇ ਉਹਦੀ ਡੈਥ ਨੂੰ ਅਤੇ ਪਹਿਲਾਂ ਤਾਂ ਮੇਰੇ ਵੈਸੇ ਮੈਂ ਤਾਂ ਸੁਣ ਹੋ ਗਈ ਕਿੰਨੇ ਦਿਨ ਤਾਂ ਸੁਣ ਰਹੀ ਮੈਨੂੰ ਆਪਣੇ ਆਪ ਨੂੰ ਐਂ ਹੋਇਆ ਕਿਉਂਕਿ ਮੈਨੂੰ ਉਹਦਾ ਵੀ ਜਾਣ ਦਾ ਦੁੱਖ ਸੀਗਾ ਅੰਦਰ ਵੀ ਆਹ ਕੀ ਹੋ ਗਿਆ ਮੈਨੂੰ ਦੁਬਾਰਾ ਫਿਰ ਸਰਦੂਲ ਵਾਲੀ ਚੀਜ਼ ਫਿਰ ਉਹ ਸਾਰਾ ਕੁਛ ਘੁੰਮ ਗਿਆ ਕਿੰਨੇ ਦਿਨ ਤਾਂ ਮੈਂ ਮੇਰੇ ਬੱਚੇ ਅਸੀਂ ਉੱਠੇ ਨਹੀਂ ਸਕੇ ਹੋਰੇ ਤਰ੍ਹਾਂ ਹੋ ਗਿਆ ਮਨ ਉਦਾਸ ਹੋ ਗਿਆ ਇੰਨਾ ਜ਼ਿਆਦਾ ਔਰ ਫਿਰ ਮੈਂ ਫੋਨ ਕੀਤਾ ਜਸਵਿੰਦਰ ਨੂੰ ਕਹਿੰਦੀ ਦੀਦੀ ਹਜੇ ਇੱਥੇ ਬਹੁਤ ਰਸ਼ ਆ ਤੁਸੀਂ ਹਜੇ ਥੋੜ੍ਹਾ ਜਿਹਾ ਰੁਕ ਜਾਓ ਤੁਹਾਡੀ ਸਿਹਤ ਵੀ ਠੀਕ ਨਹੀਂ ਹੈਗੀ ਵੀ ਫਾਇਦਾ ਤਾਂ ਤਾਂ ਹੈ ਜੇ ਤੁਸੀਂ 10 ਮਿੰਟ ਬਹਿ ਕੇ ਗੱਲ ਵੀ ਕਰ ਸਕੋ ਗੱਲ ਵੀ ਕਰ ਸਕੋ ਫਿਰ ਮੈਂ ਕਿਹਾ ਚਲੋ ਠੀਕ ਹੈ ਮੈਂ ਥੋੜ੍ਹੇ 10 ਕੁ ਦਿਨ ਬਾਅਦ ਫਿਰ ਮੈਂ ਇਹ ਬਿਲਕੁਲ ਰਾਤ ਨੂੰ ਗਏ ਵੀ ਜਦੋਂ ਇਹਨਾਂ ਨੂੰ ਪੂਰਾ ਟਾਈਮ ਮਿਲ ਸਕੇ ਫਿਰ ਮੈਂ ਗਈ ਉਦੋਂ ਜਾ ਕੇ ਮੈਂ ਉਹਨਾਂ ਨਾਲ ਬੈਠੀ ਗੱਲਾਂ ਕੀਤੀਆਂ
ਪੂਰੀਆਂ ਦਰਦ ਉਹ ਮੈਨੂੰ ਕਹਿੰਦੇ ਕਹਿੰਦੇ ਤੁਹਾਨੂੰ ਪਤਾ ਹੈ ਭੈਣ ਜੀ ਕਹਿੰਦੇ ਮੇਰੇ ਦਰਦ ਦਾ ਕਹਿੰਦੇ ਕਿਉਂਕਿ ਤੁਸੀਂ ਵੀ ਦਰਦ ਹੰਡਾਇਆ ਤੁਸੀਂ ਮੇਰੇ ਦਰਦ ਨੂੰ ਸਮਝ ਸਕਦੇ ਹੋ ਵੀ ਮੇਰੇ 'ਤੇ ਕੀ ਬੀਤ ਰਹੀ ਹੈ ਮੇਰਾ ਘਰ ਦਾ ਇੱਕ ਐਸਾ ਮੇਰਾ ਪਰਿਵਾਰ ਜੀ ਚਲੇ ਗਿਆ ਅਤੇ ਤੁਸੀਂ ਵੀ ਆਪਣੇ ਆਪਣਾ ਘਰ ਦਾ ਥੰਮ ਖੋਇਆ ਤੁਸੀਂ ਉਸ ਦਰਦ 'ਚੋਂ ਨਿਕਲ ਰਹੇ ਹੋ ਤੁਸੀਂ ਮੇਰੇ ਦਰਦ ਨੂੰ ਸਮਝ ਸਕਦੇ ਹੋ ਕਹਿੰਦੇ ਫਿਰ ਉਹਨਾਂ ਨੇ ਕੁੱਟ ਕੇ ਜੱਫੀ ਪਾਈ ਅਤੇ ਫਿਰ ਮੈਂ ਦੇਖਿਆ ਵੀ ਬਹੁਤ ਦਲੇਰ ਨੇ ਬਹੁਤ ਕਿਉਂਕਿ ਦਲੇਰ ਮਾਂ ਹੀ ਇੱਕ ਦਲੇਰ ਬੱਚੇ ਨੂੰ ਜਨਮ ਦੇ ਸਕਦੀ ਆ ਬਹੁਤ ਦਲੇਰ ਔਰਤ ਆ ਉਹ ਉਹਨੇ ਸਗੋਂ ਮੈਨੂੰ ਵੀ ਹੌਸਲਾ ਦਿੱਤਾ ਕਿ ਤੁਸੀਂ ਆਪਣਾ ਧਿਆਨ ਰੱਖਿਆ ਕਰੋ ਘਬਰਾਇਆ ਨਾ ਕਰੋ ਬੱਚੇ ਤੁਹਾਡੇ ਨਾਲ ਨੇ ਹੈ ਨਾ ਅਤੇ ਮੈਂ ਕਿਹਾ ਕੋਈ ਗੱਲ ਨਹੀਂ ਤੁਸੀਂ ਵੀ ਮੈਂ ਕਿਹਾ ਸਾਰਿਆਂ 'ਚੋਂ ਜਿੰਨੇ ਉਹਦੇ ਵੀ ਸਿੱਧੂ ਦੇ ਫੈਨ ਨੇ ਜਿਹੜੇ ਉਹਨਾਂ ਦੇ ਵਿੱਚ ਤੁਸੀਂ ਉਹਨੂੰ ਸ਼ੁਕਰ ਨੂੰ ਦੇਖਿਆ ਕਿੰਨੇ ਕਿ ਸਿੱਧੂ ਉਹਨਾਂ ਨੂੰ ਮੈਮ ਇੱਕ ਗੱਲ ਦੀ ਬਹੁਤ ਚਰਚਾ ਹੁੰਦੀ ਹੈ ਵੀ ਸਿੱਧੂ ਨੇ ਡੂਇਟ ਗਾਣੇ ਵੀ ਕੱਢੇ ਪਰ ਤੁਹਾਡੀ ਸ਼ੁਰੂਆਤ ਇੰਨੀ ਜ਼ਬਰਦਸਤ ਹੋਈ ਉਹ ਵੀ ਸਿਰਫ ਦੋ ਲਾਈਨਾਂ ਤੋਂ ਸੋ ਇਹ ਆਈਡੀਆ ਕਿਹਦਾ ਸੀ ਬੇਸਿਕਲੀ ਗਾਣੇ ਦੀ ਪਲੈਨਿੰਗ ਸੀ ਕੁਛ ਨਹੀਂ ਸੀ ਮੈਨੂੰ ਤਾਂ ਪਤਾ ਨਹੀਂ ਸੀ ਸੱਚੀ ਮੈਨੂੰ ਨਹੀਂ ਪਤਾ ਅੱਛਾ ਉਹਨਾਂ ਨੇ ਆਪਣੇ ਆਪ ਹੀ ਦੋ ਦਿਨ ਪਹਿਲਾਂ ਮਤਲਬ ਮੇਰੇ ਬੇਟੇ ਨੇ ਆ ਕੇ ਕਿਹਾ ਕਹਿੰਦਾ ਮਾਮਾ ਵੀ ਆਹ ਫੇਸਬੁੱਕ 'ਤੇ ਨਿਊਜ਼ ਲੱਗੀ ਆ ਮੈਨੂੰ ਫੋਨ ਘੱਟ ਚਲਾਉਣਾ ਆਉਂਦਾ ਮਨੂ ਭੈਣ ਜੀ ਪਤਾ ਆਨ ਆਫ ਹੀ ਆ ਅਤੇ ਉਹ ਤਾਂ ਮੈਨੂੰ ਕਹਿੰਦੇ ਹੁੰਦੇ ਲਾਈਕ ਨਾ ਦੱਬ ਦਿਓ ਕਿਸੇ ਚਾਜੇ ਦੀ ਸ਼ੇਅਰ ਸ਼ੂਅਰ ਨਾ ਕਰ ਦਿਓ ਮੈਂ ਪੁੱਛ ਕੇ ਕਰਨਾ ਮੈਂ ਕਹਿੰਦੀ ਨਹੀਂ ਮੈਂ ਸ਼ੇਅਰ ਨਹੀਂ ਮੈਂ ਨਹੀਂ ਸ਼ੇਅਰ ਨਹੀਂ ਕਰਦੀ ਉਹ ਉੱਤੇ ਹੀ ਬੈਠੇ ਰਹਿੰਦੇ ਜਿੰਨੀ ਦੇਰ ਮੈਂ ਫੋਨ ਚਲਾਉਂਦੀ ਹਾਂ ਐਵੇਂ ਵਿਚਾਰੇ 10 ਵਾਰੀ ਦੇਖ ਕੇ ਜਾਂਦੇ ਵੀ ਇਹ ਕੋਈ ਪੁੱਠਾ ਪੰਗਾ ਨਾ ਲੈ ਲੈ ਸਹੀ ਗੱਲ ਸਾਰੰਗ ਦਾ ਵੀ ਇਹੀ ਕੰਮ ਆ ਉਹ 10 ਵਾਰੀ ਦੇਖ ਕੇ ਜਾਂਦੇ ਵੀ ਇਹ ਕੋਈ ਪੁੱਠਾ ਪੰਗਾ ਨਾ ਲੈ ਲੈ ਮੈਂ ਇੰਸਟਾਗ੍ਰਾਮ ਵੀ ਨਹੀਂ ਚਲਾਉਂਦੀ ਹੈ ਕਿ ਪਹਿਲਾਂ ਪੇਜ ਤਾਂ ਆਪਣਾ ਚਲਾਉਂਦੀ ਸੀ ਇੰਸਟਾਗ੍ਰਾਮ ਵੀ ਮੈਂ ਡਰਦੀ ਚਲਾਉਂਦੀ ਹੁੰਦੀ ਹਾਂ ਕਿ ਕੁਛ ਗਲਤ ਨਾ ਕੁਛ ਗੱਲ ਮੈਂ ਕਿਹਾ ਪਤਾ ਨਹੀਂ ਕਿਉਂਕਿ ਲਿਖਣਾ ਤਾਂ ਚਲੋ ਉਹੀ ਆ ਸਾਰੇ ਚੀਜ਼ਾਂ ਤਾਂ ਉਹੀ ਲਿਖਣੀਆਂ ਨੇ ਫਿਰ ਮੈਂ ਉਹਨੂੰ ਕਹਿੰਦੀ ਚੱਲ ਤੂੰ ਇੱਦਾਂ ਕਰ ਮੇਰੇ ਵੱਲੋਂ ਪੋਸਟ ਪਾ ਆਹ ਚੀਜ਼ਾਂ ਲਿਖ ਤੂੰ ਲਿਖ ਦਿੰਦੇ ਫਿਰ ਮੈਂ ਕਿਹਾ ਪਾਓ ਤੁਸੀਂ ਹੁਣ ਉਹ ਕਹਿੰਦਾ ਸਾਰੰਗ ਵੀ ਕਹਿੰਦਾ ਤੁਸੀਂ ਐਵੇਂ ਕੁਛ ਗਲਤ ਨਾ ਦੱਬ ਦਿਓ ਮੈਂ ਕਿਹਾ ਫਿਰ ਮੈਨੂੰ ਸਿਖਾਓ ਸਾਡੇ ਭੈਣਾਂ ਦੋਨਾਂ ਦਾ ਸੇਮ ਹੀ ਕੰਮ ਆ ਫਿਰ ਮੈਂ ਕਿਹਾ ਨਹੀਂ ਪੁੱਤ ਮੀਡੀਆ ਕਈ ਵਾਰ ਵੈਸੇ ਵੀ ਲਿਖ ਦਿੰਦਾ ਹੁੰਦਾ ਹੈ ਨਾ ਅਤੇ ਮੈਂ ਕਿਹਾ ਵੀ ਨਾ ਕੋਈ ਗਾਣਾ ਹੋਇਆ ਨਾ ਕੁਛ ਕਦੀ ਗੱਲਬਾਤ ਹੋਈ ਆ ਗਾਣੇ ਬਾਰੇ ਮੈਂ ਕਿਹਾ ਨਹੀਂ ਨਹੀਂ ਬਹੁਤ ਕੁਛ ਲਿਖੀ ਜਾਂਦਾ ਮੀਡੀਆ ਮੈਂ ਕਿਹਾ ਹੈ ਨਾ ਅਤੇ ਇਹਨੇ 'ਚ ਮਤਲਬ ਇੱਕ ਦਿਨ ਪਹਿਲਾਂ ਗਾਣਾ ਆ ਗਿਆ ਅਤੇ ਉਹ ਜਦੋਂ ਫੋਨ ਦੀਆਂ ਘੰਟੀਆਂ ਇੱਥੇ ਤੇਰੇ ਦਿਲੇ ਤੇਰੇ ਹੱਥ ਨੂੰ ਮੈਂ ਕਹਿੰਦੀ 10,000 ਫੋਨ ਆ ਗਿਆ ਹੁਣ ਮੈਡਮ ਵਧਾਈਆਂ ਜਦੋਂ ਫੇਸਬੁੱਕ ਤੋਂ ਕੱਢ ਕੇ ਸੁਣਿਆ ਅਤੇ ਮੈਂ ਕਹਿੰਦੀ ਹੁੰਦੀ ਹਾਂ ਵੀ ਮੇਰੀ ਸੀਸੀ ਲੱਗ ਜਾਂਦੀ ਮੈਂ ਬੜੀਆਂ ਸੀਸਾਂ ਦਿੱਤੀਆਂ ਬਹੁਤ ਸੀਸਾਂ ਦਿੱਤੀਆਂ ਕਿਉਂਕਿ ਮੈਂ ਇਹ ਨਹੀਂ ਸੀ ਵੀ ਮੇਰੇ ਕੋਲ ਕੋਈ ਪ੍ਰੋਗਰਾਮਾਂ ਦੀ ਕਮੀ ਸੀ ਲਾਈਵ ਪ੍ਰੋਗਰਾਮ ਮੈਂ ਲਾਉਂਦੀ ਸੀ ਹੈ ਨਾ ਪਰ ਜਿਹੜੀ ਚੀਜ਼ ਤੋਂ ਮੈਂ ਦੂਰ ਸੀ ਉਹਨੂੰ ਪਤਾ ਸੀ ਵੀ ਮੇਰੀ ਭੂਆ ਇਸ ਚੀਜ਼ ਤੋਂ ਦੂਰ ਆ ਹੈ ਨਾ ਉਹਨੇ ਉਹ ਕੰਮ ਕਰਕੇ ਉਸ ਚੀਜ਼ ਦੇ ਨੇੜੇ ਲਿਆਂਦੀ ਲੱਭੀ ਨੂੰ ਸਾਰਾ ਕੁਛ ਸਿਖਾਇਆ ਵੀ ਯੂਟਿਊਬ ਦਾ ਆਹ ਕੰਮ ਕਰਨਾ ਇੰਸਟਾਗ੍ਰਾਮ ਦਾ ਆਹ ਕੰਮ ਕਰਨਾ ਕੋਲੇ ਬਹਿ ਕੇ ਹੈ ਨਾ ਫਿਰ ਮੈਨੂੰ ਜਦੋਂ ਮੈਂ ਗਈ ਮਿਲਣ ਕਹਿੰਦਾ ਭੂਆ ਜੀ ਹੁਣ ਦੇਖੀ ਜਾਇਓ ਟ੍ਰੇਨਡ ਕਰ ਗਿਆ ਭੂਆ ਨੂੰ ਹੈ ਨਾ ਪਰ ਮੈਂ ਕਹਿੰਦੀ ਹੁੰਦੀ ਹਾਂ ਬਸ ਮੈਨੂੰ ਬਾਹਲੀ ਗੱਲ ਨਹੀਂ ਆਉਂਦੀ ਮੈਂ ਇੱਕੋ ਹੀ ਗੱਲ ਕਹਿੰਦੀ ਹਾਂ ਵੀ ਜੇ ਕਿਤੇ ਮੈਂ ਕੋਈ ਚੰਗਾ ਕੰਮ ਕੀਤਾ ਜੇ ਕਿਤੇ ਮੈਂ ਜ਼ਿੰਦਗੀ 'ਚ ਕੋਈ ਪੁੰਨ ਕੀਤਾ ਜੇ ਕਿਤੇ ਮੈਂ ਸੱਚੇ ਦਿਲੋਂ ਰੱਬ ਨੂੰ ਧਿਆਇਆ ਤਾਂ ਮੈਂ ਇਹ ਕਹਿੰਦੀ ਹਾਂ ਵੀ ਉਹ ਨਿੱਕੇ ਪੈਰੀਂ ਵਾਪਸ ਆ ਜੇ ਵੱਡੇ ਪੈਰੀਂ ਗਿਆ ਅਤੇ ਨਿੱਕੇ ਪੈਰੀਂ ਆ ਜੇ ਸ਼ੁਭ ਲਈ ਵੀ ਹੈ ਅਤੇ ਹਰ ਉਸ ਮਾਂ ਲਈ ਮੇਰੀ ਇਹ ਅਰਦਾਸ ਹੈ ਜਿਨ੍ਹਾਂ ਦੇ ਇਕੱਲੇ ਇਕੱਲੇ ਬੱਚੇ ਮਾਂ ਪਿਓ ਨੂੰ ਛੱਡ ਕੇ ਗਏ ਹੈ ਕੋਈ ਰੀਜ਼ਨ ਪਰਮਾਤਮਾ ਬਣਾਵੇ ਅਤੇ ਮੈਂ ਹਮੇਸ਼ਾ ਇੱਕ ਲਾਈਨ ਜਦੋਂ ਗਾਉਂਦੀ ਹਾਂ ਪਹਿਲਾਂ ਮੈਂ ਬੱਬੀ ਹਾਂ ਗੱਜ ਵੱਜ ਕੇ ਗਾਉਂਦੀ ਹੈ ਨਾ ਹੁਣ ਮੈਂ ਗਾਉਂਦੀ ਹਾਂ ਉਹਨੂੰ ਯਾਦ ਕਰਕੇ ਗਾਉਂਦੀ ਹਾਂ ਪਰ ਉਹਦੇ 'ਚ ਲਾਈਨਾਂ ਹੋਰ ਆ ਗਈਆਂ ਉਹ ਲਾਈਨਾਂ ਨੇ ਜੇ ਮੈਂ ਜਾਣਦੀ ਜੇ ਮੈਂ ਜਾਣਦੀ ਸਿੱਧੂ ਨੇ ਮਰ ਜਾਣ ਜੇ ਮੈਂ ਜਾਣਦੀ ਸਿੱਧੂ ਨੇ ਮਰ ਜਾਣ ਇੱਕ ਦੀ ਥਾਂ ਤੋਂ ਜੰਮਦੀ ਪੁੱਤ ਮੇਰਿਆ ਇੱਕ ਦੀ ਥਾਂ ਤੋਂ ਜੰਮਦੀ ਪੁੱਤ ਮੇਰਿਆ ਪੁੱਤਾ ਵਾਲਿਓ ਪੁੱਤਾਂ ਦੇ ਦੁੱਖ ਡਾਡੇ ਕਲਮ ਕਵੀ ਦੀ ਬੰਦ ਬਿਆਨ ਹੋ ਗਈ
ਪੁੱਤਾਂ ਵਾਲਿਓ ਪੁੱਤਾਂ ਦੇ ਦੁੱਖ ਡਾਡੇ ਕਲਮ ਕਵੀ ਦੀ ਬੰਦ ਬਿਆਨ ਹੋ ਗਈ ਕਹਿੰਦੇ ਦਸ਼ਰਥ ਡਿੱਗ ਮਹਿਲ ਤੋਂ ਸੀ ਮਰਿਆ ਦਸ਼ਰਥ ਡਿੱਗ ਮਹਿਲ ਤੋਂ ਸੀ ਮਰਿਆ ਜਦ ਅੱਖਾਂ ਤੋਂ ਓਹਲੇ ਸੰਤਾਨ ਹੋ ਗਈ ਕਹਿੰਦੇ ਜਦੋਂ ਸੁਣੀ ਮੌਤ ਅਭਮਨਿਉ ਦੀ ਅਰਜਣ ਜਦੋਂ ਸੁਣੀ ਮੌਤ ਅਭਮਨਿਉ ਦੀ ਅਰਜਣ ਹੱਥ 'ਚੋਂ ਢਿੱਲੀ ਤੀਰ ਕਮਾਨ ਹੋ ਗਈ ਤਾਨਸੈਨ ਰਾਗੀ ਦਾ ਜਦੋਂ ਪੁੱਤ ਮਰਿਆ ਤਾਨਸੈਨ ਰਾਗੀ ਦਾ ਜਦੋਂ ਪੁੱਤ ਮਰਿਆ ਘੁੱਗਾਂ ਬੋਲਣੋਂ ਬੰਦ ਜ਼ੁਬਾਨ ਹੋ ਗਈ ਘੁੱਗਾਂ ਬੋਲਣੋਂ ਬੰਦ ਜ਼ੁਬਾਨ ਹੋ ਗਈ ਨਹੀਂ ਉਹ ਲੱਭਣੇ ਲਾਲ ਗਵਾਚੇ ਹਾਂ ਨਹੀਂ ਉਹ ਲੱਭਣੇ ਨਹੀਂ ਉਹ ਲੱਭਣੇ ਲਾਲ ਗਵਾਚੇ ਮਿੱਟੀ ਨਾ ਫਰੋਲ ਜੋਗੀ ਆਵੇ ਨਹੀਂ ਉਹ ਲੱਭਣੇ ਹਾਏ ਨਹੀਂ ਉਹ ਲੱਭਣੇ ਹੁਣ ਮੈਂ ਇੱਕ ਗੱਲ ਕਹਿਣੀ ਹਾਂ ਕੰਡੇ ਉੱਤੇ ਸੋਹਣਿਆ ਆਵੇ ਵੇ ਮੈਂ ਕਦੋਂ ਦੀ ਖੜੀ ਖੜੀ ਵੇ ਕੰਡੇ ਉੱਤੇ ਸੋਹਣਿਆ ਆਵੇ ਵੇ ਮੈਂ ਕਦੋਂ ਦੀ ਖੜੀ ਘਰ ਆ ਜਾ ਸੋਹਣਿਆ ਵੇ ਬਹੁਤੀ ਘਰ ਨਾ ਅੜੀ ਅੜੀ ਵੇ ਕੰਡੇ ਉੱਤੇ ਸੋਹਣਿਆ ਆਵੇ ਵੇ ਮੈਂ ਕਦੋਂ ਦੀ ਖੜੀ ਵੇ ਮੈਂ ਕਦੋਂ ਦੀ ਖੜੀ ਵੇ ਮੈਂ ਕਦੋਂ ਦੀ ਖੜੀ ਸੋ ਬਹੁਤ ਹੱਥ ਜੋੜ ਕੇ ਤੁਹਾਨੂੰ ਦੋਵਾਂ ਨੂੰ ਮਾਂ ਕਹਿ ਲਈਏ ਤੁਹਾਨੂੰ ਧੀ ਕਹਿ ਲਈਏ ਪੰਜਾਬ ਦੀ ਤੁਹਾਨੂੰ ਕੋਈ ਵੀ ਰਿਸ਼ਤਾ ਸੌਂਪ ਦਈਏ ਤੁਸੀਂ ਇੰਨਾ ਕੁਛ ਅੰਦਰ ਲੁਕੋ ਕੇ ਕੰਮ ਕਰਦੇ ਹੋ ਸ਼ੋਜ਼ ਲਗਾਉਂਦੇ ਹੋ ਆਪਣਾ ਕੰਮ ਨਾਲ ਇਮਾਨਦਾਰੀ ਰੱਖਦੇ ਹੋ ਆਪਣੇ ਦੁੱਖ ਨੂੰ ਰਿਸ਼ਤਿਆਂ ਨੂੰ ਅੰਦਰ ਸਮੇਟ ਕੇ ਕੰਮ ਕਰਦੇ ਹੋ ਸਲਿਊਟ ਹੈ ਤੁਹਾਨੂੰ ਬਹੁਤ ਬਹੁਤ ਸਾਨੂੰ ਮਾਣ ਹੈ ਕਿ ਸਾਡੀ ਇੰਡਸਟਰੀ ਕੋਲ ਕਮੈਂਟ ਕਰਨ ਵਾਲੇ ਕੁਛ ਵੀ ਕਰੀ ਜਾਣ ਪਰ ਮੈਂ ਕਹਿੰਦੀ ਸਾਡੇ ਵਾਲੀ ਜ਼ਿੰਦਗੀ 'ਚੋਂ ਗੁਜ਼ਰ ਕੇ ਦੇਖੋ ਫਿਰ ਪਤਾ ਲੱਗਦਾ ਘਰ ਬਹਿ ਕੇ ਮੋਬਾਈਲ ਚੱਕ ਕੇ ਕਮੈਂਟ ਕਰਨੇ ਬਹੁਤ ਸੌਖੇ ਪਰ ਉਸ ਦੌਰ 'ਚੋਂ ਨਿਕਲ ਕੇ ਹੁਣ ਉਹ ਜਦੋਂ ਮਾਂ ਬਾਪ ਫੂਕਦੇ ਫਿਰਦੇ ਆ ਹੈ ਨਾ ਉਹ ਬੋਲਾਂ ਰਾਹੀਂ ਜਿਵੇਂ ਸਿੱਧੂ ਕਲਮ ਰਾਹੀਂ ਬਿਆਨ ਕਰਦਾ ਹੁੰਦਾ ਸੀ ਨਾ ਉਹ ਬੋਲ ਕੇ ਆਪਦਾ ਦਰਦ ਉਹਨਾਂ ਨੇ ਸਾਰੇ ਫੈਨ ਆਪਦੇ ਧੀਆਂ ਪੁੱਤ ਬਣਾ ਲਏ ਜਦੋਂ ਉਹਨਾਂ ਕੋਲ ਇਕੱਠ ਹੋ ਜਾਂਦਾ ਫਿਰ ਉਹ ਆਪਦਾ ਦਰਦ ਮੈਂ ਤਾਂ ਕਹਿੰਦੀ ਬਹੁਤ ਵਧੀਆ ਬਹੁਤ ਵਧੀਆ ਰਾਤ ਨੂੰ ਸੌਂ ਕੇ ਜਿਹੜਾ ਦਰਦ ਉਹਨਾਂ ਦੇ ਰਾਤ ਨੂੰ ਪੈਦਾ ਹੁੰਦਾ ਨਾ ਉਹ ਦੂਜੇ ਦਿਨ ਕੱਢ ਦਿੰਦੇ ਆ ਅਤੇ ਮੈਂ ਉਹਨਾਂ ਸਾਰੇ ਫੈਨਸ ਦਾ ਸ਼ੁਕਰੀਆ ਅਦਾ ਕਰਦੀ ਹਾਂ ਤੁਹਾਨੂੰ ਪਰਮਾਤਮਾ ਲੰਮੀ ਉਮਰਾਂ ਦਿਓ ਦੇਵੇ ਅਤੇ ਤੁਸੀਂ ਇਸੇ ਤਰ੍ਹਾਂ ਹੀ ਸ਼ੁਭ ਦੀ ਥਾਂ 'ਤੇ ਖੜ੍ਹਨਾ ਉਹਦੇ ਮੰਮੀ ਪਾਪਾ ਦਾ ਆਸਰਾ ਬਣਨਾ ਥੈਂਕ ਯੂ ਕਿਉਂਕਿ ਜਿਹੜਾ ਬੰਦਾ ਦਰਦ ਦੇ ਵਿੱਚੋਂ ਨਿਕਲਦਾ ਨਾ ਉਹ ਹੀ ਜਾਣਦਾ ਵੀ ਦਰਦ ਕਿਆ ਹੁੰਦਾ ਨਾ ਸਾਹਮਣੇ ਵਾਲੇ ਨੂੰ ਤਾਂ ਮਜ਼ਾਕ ਲੱਗਦਾ ਨਾ ਪਰ ਜਿਹਦੀ ਜ਼ਿੰਦਗੀ 'ਚ ਤਕਲੀਫ ਆ ਦਰਦ ਹੰਢਾ ਰਿਹਾ ਬੰਦਾ ਉਹਦੇ ਪਲ ਪਲ ਜ਼ਿਹਨ ਦੇ ਉੱਤੇ ਕੀ ਹੋ ਰਿਹਾ ਪਲ ਪਲ ਮਰ ਰਿਹਾ ਹੈ ਰਾਤ ਨੂੰ ਲੋਕ ਜਿਹੜੇ ਚੈਨ ਨਾਲ ਸੁੱਤੇ ਹੁੰਦੇ ਨੇ ਜਿਹਦਾ ਕੋਈ ਜੀ ਚਲੇ ਗਿਆ ਹੁੰਦਾ ਉਹ ਰਾਤ ਨੂੰ ਸੋਣਾ ਉਹਦੇ ਵਾਸਤੇ ਕਿੰਨਾ ਔਖਾ ਹੁੰਦਾ ਰਾਤ ਕਿੱਦਾਂ ਨਿਕਲਦੀ ਹੈ ਉਹਨੂੰ ਪਤਾ ਹੈ ਨਾ ਬੰਦਾ ਕਹਿੰਦਾ ਰਾਤ ਨਾ ਆਵੇ ਦਿਨ ਦੇ ਵਿੱਚ ਕੋਈ ਨਾ ਕੋਈ ਤੁਹਾਡੇ ਮੂੰਹ ਮੱਥੇ ਲੱਗਦਾ ਹੈ ਤੁਸੀਂ ਕਿਸੇ ਕੰਮ 'ਤੇ ਜਾਂਦੇ ਹੋ ਸਾਰਾ ਕੁਛ ਠੀਕ ਚੱਲੀ ਜਾਂਦਾ ਪਰ ਜਦੋਂ ਰਾਤ ਨੂੰ ਇਕੱਲੇ ਤੁਸੀਂ ਸੋਨੇ ਹੋ ਇਕੱਲੇ ਹੁੰਦੇ ਹੋ ਸਾਰੀ ਕਾਇਨਾਤ ਸੁੱਤੀ ਪਈ ਤੁਸੀਂ ਜਾਗ ਰਹੇ ਹੋ ਉਸ ਟਾਈਮ ਦਾ ਰੋਣਾ ਅਤੇ ਦਰਦ ਇਕੱਲੇ ਤੁਸੀਂ ਆਪਣੇ ਆਪ ਨੂੰ ਬਰਾ ਰਹੇ ਹੋ ਉਹ ਬੜਾ ਔਖਾ ਹੈ ਕਿ ਮੈਂ ਹੰਢਾਇਆ ਇਸ ਕਰਕੇ ਮੈਂ ਸਮਝਦੀ ਹਾਂ ਵੀ ਉਹਦੇ ਮਾਂ ਬਾਪ ਨੂੰ ਸਿੱਧੂ ਦੇ ਮਾਂ ਬਾਪ ਨੂੰ ਕਿੰਨਾ ਦਰਦ ਆ ਕਿਸ ਤਰ੍ਹਾਂ ਹੰਢਾ ਰਹੇ ਆ ਡੇਢ ਸਾਲ 'ਚ ਪਹਿਲਾਂ ਮੈਂ 2005-06 'ਚ ਬਹੁਤ ਕੁਛ ਗਵਾਇਆ ਸੀ ਜਿਹੜੇ ਹਾਲਾਤ ਮੇਰੇ ਹੁਣ ਚੱਲ ਰਹੇ ਹੈ ਨਾ ਉਦੋਂ ਮੈਂ ਡਿਪਰੈਸ਼ਨ 'ਚ ਚਲੀ ਗਈ ਸੀ ਮੈਂ 3 ਸਾਲ ਮਤਲਬ ਗਾਇਆ ਨਹੀਂ ਸੀ ਉਦੋਂ ਮੈਨੂੰ ਪਰਮਾਤਮਾ ਨੇ ਬਹੁਤ ਵੱਡੀ ਸੱਟ ਮਾਰੀ ਸੀ ਐਡੀ ਕੁ ਸੱਟ ਮਾਰੀ ਸੀ ਵੀ ਉਹਦੇ 'ਚ ਉੱਠਣਾ ਮੈਂ ਸੋਚਦੀ ਸੀ ਵੀ ਗਾਉਣਾ ਗੁਣਾ ਛੱਡੋ ਸਾਹ ਬਚ ਜਾਣ ਮੇਰੀ ਜਿਹੜੀ ਬੇਟੀ ਹੈ ਛੋਟੀ ਜਿਹੀ ਸੀ 3 ਕੁ ਸਾਲ ਦੀ ਸੀ ਉਹਦੀ ਅਤੇ ਮੈਂ ਸੋਚਦੀ ਸੀ ਮੈਂ ਬਸ ਮੇਰੇ ਸਾਹ ਚੱਲਦੇ ਰਹਿਣ ਅਤੇ ਮੈਂ ਇੱਕ ਛੋਟਾ ਜਿਹਾ ਅਮਰੂਦ ਖਾ ਲੈਂਦੀ ਸੀ ਵੀ ਇਹਨੇ ਇਹਦੇ ਨਾਲ ਸਾਹ ਚੱਲਦੇ ਰਹਿਣਗੇ ਅਤੇ ਸਾਰਾ ਦਿਨ ਪਾਣੀ ਪੀਂਦੀ ਸੀ ਫਿਰ ਉਸ ਤੋਂ ਬਾਅਦ ਮੈਂ ਉੱਠੀ ਦੁਬਾਰਾ ਲੋਕਾਂ ਨੂੰ ਪਤਾ ਹੀ ਨਹੀਂ ਵੀ ਮੈਂ ਕਿਵੇਂ ਰਿੜ ਰਿੜ ਕੇ ਉੱਠੀ ਜਾਂ ਮੇਰਾ ਪਰਿਵਾਰ ਜਾਣਦਾ ਜਾਂ ਮੈਂ ਜਾਣਦੀ ਹਾਂ ਜਾਂ ਮੇਰੀ ਬੱਚੀ ਜਾਣਦੀ ਹੈ ਨਾ ਤਾਂ ਮੈਂ ਉਹਦਾ ਹੱਸਣਾ ਦੇਖਿਆ ਨਾ ਮੈਂ ਉਹਦੀਆਂ ਚੋਲ ਮੋਲ ਦੇਖੇ ਕਿਉਂਕਿ ਕਦੇ ਡਾਕਟਰ ਨੇ ਵੱਧ ਦਵਾਈ ਦੇ ਦੇਣੀ ਕਦੇ ਘੱਟ ਦੇ ਦੇਣੀ ਡਿਪਰੈਸ਼ਨ ਹੀ ਇੰਨਾ ਸੀ ਮੈਂਟਲਾਂ ਵਰਗੀ ਸਥਿਤੀ ਸੀ ਹੁਣ ਮੈਂ ਕਹਿੰਦੀ ਹੁੰਦੀ ਵੀ ਤੇਰੀ ਮੇਰੇ ਨਾਲ ਕਿਉਂ ਦੁਸ਼ਮਣੀ ਹੈ ਸ਼ੁਭ ਨੇ ਮੈਨੂੰ ਦੁਬਾਰਾ ਜ਼ਿੰਦਗੀ ਦਿੱਤੀ ਸੀ ਦੁਬਾਰਾ ਕਰੇਜ਼ ਦਿੱਤਾ ਸੀ ਦੁਬਾਰਾ ਹੱਲਾ ਸ਼ੁਰੂ ਮਿਰਜ਼ੇ ਨੂੰ ਮੈਂ ਝੂਮ ਝੂਮ ਕੇ ਗਾਉਣ ਲੱਗ ਗਈ ਸੀ
ਜਦੋਂ ਦਾ ਮਿਰਜ਼ਾ ਵੈਸੇ ਵੀ ਬਹੁਤ ਰੂਹ ਨਾਲ ਮੈਂ ਗਾਉਂਦੀ ਸੀ, ਪਰ ਜਦੋਂ ਦਾ ਸ਼ੁਭ ਨੇ ਨਾਂ ਲੈਤਾ ਸੀ ਨਾ ਜੀ, ਮੈਂ ਐਸੇ ਸਰੂਰ ਨਾਲ ਮਿਰਜ਼ੇ ਨੂੰ ਗਾਉਂਦੀ ਸੀ। ਹੁਣ ਮੈਂ ਕਹਿੰਦੀ ਹੁੰਦੀ ਹਾਂ ਵੀ ਗਾਉਂ ਜ਼ਰੂਰ ਮਿਰਜ਼ਾ, ਮੇਰੀ ਜੌਬ ਹੈ, ਜੌਬ ਛੱਡੀ ਨਹੀਂ ਜਾਂਦੀ। ਕਿ ਲੋਕਾਂ ਨੂੰ ਕੀ ਪਤਾ ਵੀ ਮੇਰੇ 'ਤੇ ਕਿੰਨੀਆਂ ਕੁ ਜ਼ਿੰਮੇਵਾਰੀਆਂ ਨੇ, ਲੋਕਾਂ ਨੂੰ ਕੀ ਪਤਾ ਵੀ ਮੈਂ ਜਿਹੜੀ ਕਮਾਈ ਕਰਨੀ ਹੈ ਉਹ ਕਿੱਥੇ ਕਿੱਥੇ ਜ਼ਿੰਮੇਵਾਰੀਆਂ ਮੇਰੇ ਸਿਰ ਬੈਠੀਆਂ ਨੇ ਜਿਹੜੀਆਂ ਮੇਰੇ ਮੂੰਹ ਵੱਲ ਝਾਕੀ ਜਾਂਦੀਆਂ ਨੇ। ਲੋਕਾਂ ਨੂੰ ਨਹੀਂ ਪਤਾ ਹੁੰਦਾ, ਉਹਨਾਂ ਨੂੰ ਐਂ ਲੱਗਦਾ ਵੀ ਯਾਰ ਲੈ ਹੁਣ ਤਾਂ ਰੋਈ ਜਾਂਦੀਆਂ ਸੀ ਹੁਣ ਗਾਈ ਜਾਂਦੀਆਂ। ਨਹੀਂ, ਰੋ ਕੇ ਗਾਣਾ ਬਹੁਤ ਔਖਾ ਹੈ। ਸੇਮ ਜੀ ਲਾਈਫ ਹੈ ਸਾਡੀ ਦੋਨਾਂ ਦੀ ਨਾ, ਰੋ ਕੇ ਗਾਉਣਾ ਬਹੁਤ ਔਖਾ ਹੈ। ਅਸੀਂ ਇੱਕ ਦਿਨ ਬੈਠੇ ਡਿਸਕਸ ਕਰਦੇ ਸੀਗੇ, ਅਸੀਂ ਦੋਨੋਂ ਸ਼ੂਟਿੰਗ ਟਾਈਮ 'ਤੇ ਅਸੀਂ ਬਹੁਤ ਰੋਈਆਂ, ਦੋਨੋਂ ਰੋਈਆਂ ਵੀ ਔਰ ਗੱਲਾਂ ਵੀ ਸਾਂਝੀਆਂ ਕੀਤੀਆਂ ਸੀਗਾ। ਸਾਡੀ ਲਾਈਫ ਕਿੰਨੀ ਨੇੜੇ ਤੇੜੇ ਆ, ਇੰਨਾ ਸਟਰਗਲ ਹੋ ਰਿਹਾ, ਇੰਨਾ ਦਰਦ, ਆਪਾਂ ਫਿਰ ਵੀ ਆਪਾਂ ਜਾ ਕੇ ਸਾਰਾ ਕੁਝ। 1.5 ਸਾਲਾਂ 'ਚ ਜਾਣ ਵਾਲਿਆਂ ਦੀ ਗਿਣਤੀ ਇੰਨੀ ਵੱਧ ਗਈ ਸਾਡੀ ਜ਼ਿੰਦਗੀ 'ਚ। ਮੈਂ ਅਤੇ ਮੇਰਾ ਹਸਬੈਂਡ ਆਏ ਬਹਿ ਜਾਂਦੇ ਹੁੰਦੇ ਸੀ ਵੀ ਹੁਣ ਜ਼ਿੰਦਗੀ 'ਚ ਉੱਠਣ ਦਾ ਟਾਈਮ ਮਿਲੂਗਾ। ਫਿਰ ਹੌਲੀ 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 ਜਿਹੜੇ ਗਏ ਸੀਗੇ ਦੇਖਿਆ ਸਾਰੇ, ਸਾਡੇ ਤੋਂ ਵੀ ਔਖੀ ਔਖੀ ਦੁਨੀਆ ਪਈ ਸੀ, ਹੈ ਨਾ। ਫਿਰ ਇਹ ਤਾਂ ਬਾਬਾ ਜੀ ਵੀ ਕਹਿੰਦੇ ਆ ਵੀ ਹਾਰਨਾ ਜ਼ਿੰਦਗੀ ਨਹੀਂ ਹੈ। ਇਹ ਜ਼ਰੂਰੀ ਨਹੀਂ ਵੀ ਸਾਰੀ ਉਮਰ ਤੁਸੀਂ ਸੌਖੀ ਦੇਖੋਗੇ, ਦੁੱਖ ਹੰਢਾਉਣਾ ਵੀ ਤੁਹਾਡੀ ਜ਼ਿੰਮੇਵਾਰੀ ਹੈ। ਇਹਨੂੰ ਤੁਸੀਂ ਕਿਸ ਮਕਸਦ ਨਾਲ ਹੰਢਾਉਂਦੇ ਹੋ, ਇਹ ਦੁੱਖ ਨੂੰ ਤੁਸੀਂ ਕਿਸ ਜ਼ਰੀਏ ਨਾਲ ਭਜਾਉਂਦੇ ਹੋ, ਹੈ ਨਾ। ਸਾਡਾ ਜ਼ਰੀਆ ਸਾਡਾ ਸੰਗੀਤ ਹੈ, ਤੁਹਾਡੇ ਨਾਲ ਗੱਲਾਂ ਕਰਨਾ, ਮੀਡੀਏ ਨਾਲ ਗੱਲਾਂ ਕਰਨਾ, ਲੋਕਾਂ ਨਾਲ ਗੱਲਾਂ ਕਰਨਾ ਸਾਡੀ ਕਲਾ ਹੈ। ਰੱਬ ਦਾ ਸ਼ੁਕਰ ਹੈ ਵੀ ਉਹਨੇ ਸਾਨੂੰ ਕਲਾਕਾਰ ਬਣਾਇਆ, ਸਾਨੂੰ ਐਕਟਰ ਬਣਾਇਆ। ਅਸੀਂ ਆਪਣਾ ਜਿਹੜਾ ਦਰਦ ਆ ਨਾ ਉਸ ਆਪਣੇ ਗਾਣੇ ਰਾਹੀਂ ਬਾਹਰ ਕੱਢ ਦਿੰਦੇ ਹਾਂ, ਨਹੀਂ ਤਾਂ ਲੋਕ ਡਿਪਰੈਸ਼ਨ 'ਚ ਮਰ ਜਾਂਦੇ ਆ ਇੱਦਾਂ ਹੀ। ਪਰ ਅਸੀਂ ਹਿੰਮਤ ਕਰਕੇ, ਸਾਡੇ ਨਾਲ ਸਰੋਤੇ ਜੁੜੇ ਹੋਏ, ਸਾਡੇ ਚਾਹੁਣ ਵਾਲੇ ਜੁੜੇ, ਉਹ ਸਾਨੂੰ ਬਾਂਹ ਤੋਂ ਫੜ ਕੇ ਖੜਾ ਕਰ ਲੈਂਦੇ ਨੇ। ਇੰਡਸਟਰੀ ਜੁੜੀ ਹੋਈ ਹੈ, ਉਹ ਸਾਨੂੰ ਖੜਾ ਕਰ ਲਿਆ, ਤੁਸੀਂ ਲੋਕਾਂ ਨੇ ਸਾਨੂੰ ਖੜਾ ਕੀਤਾ। ਤੁਹਾਨੂੰ ਪਤਾ ਮੈਂ ਜਦੋਂ ਤੁਸੀਂ ਮੇਰੇ ਕੋਲ ਗਏ ਸੀ ਮੇਰੀ ਕੀ ਹਾਲਤ ਸੀਗੀ, ਅਤੇ ਤੁਸੀਂ ਲੋਕਾਂ ਨੇ ਤਾਂ ਸਾਨੂੰ ਖੜੇ ਕੀਤਾ, ਮੀਡੀਆ ਨੇ, ਸਾਡੇ ਚਾਹੁਣ ਵਾਲਿਆਂ ਨੇ, ਇੰਡਸਟਰੀ ਨੇ, ਔਰ ਸਾਡੇ 'ਚ ਜਾਨ ਪਾਈ ਵੀ ਹਾਂ ਅਸੀਂ ਆਪਣੇ, ਚਲੋ ਸਾਡੇ ਜਿਹੜੇ ਜੀ ਚਲੇ ਗਏ, ਸਾਡੇ ਅੰਦਰ ਦਰਦ ਆ, ਅਸੀਂ ਜਿਹੜੇ ਸਾਡੇ ਚਾਹੁਣ ਵਾਲੇ ਅਸੀਂ ਉਹਨਾਂ ਵਾਸਤੇ ਜੀ ਲੈਂਦੇ ਹਾਂ, ਸਾਨੂੰ ਪਿਆਰ ਕਰਦੇ ਨੇ, ਜਿਹੜੇ ਸਾਨੂੰ ਇੱਦਾਂ ਖੁਸ਼ ਦੇਖਣਾ ਚਾਹੁੰਦੇ ਹਾਂ ਅਸੀਂ ਉਹਨਾਂ ਵਾਸਤੇ ਜੀ ਲੈਂਦੇ ਹਾਂ। ਫਿਰ ਅਸੀਂ ਆਪਣੇ ਦਰਦ ਨੂੰ ਆਪਣੇ ਗੀਤਾਂ ਰਾਹੀਂ, ਆਪਣੀ ਐਕਟਿੰਗ ਰਾਹੀਂ ਬਾਹਰ ਕੱਢਿਆ ਵੀ ਤਾਂ ਕਿ ਉਹ ਅੰਦਰ ਗੁਬਾਰ ਨਾ ਭਰਿਆ ਰਹੇ। ਪਰ ਉਹ ਉੱਠੇ ਕਿੱਦਾਂ ਇਹ ਸਾਨੂੰ ਪਤਾ, ਲੋਕਾਂ ਨੂੰ ਇਹ ਪਤਾ ਵੀ ਕੱਲ੍ਹ ਰੋ ਰਹੇ ਸੀ, ਅੱਜ ਬੈਠੇ ਨੇ ਕੰਮ ਕਰ ਰਹੇ ਨੇ, ਪਰ ਉਹ ਉੱਥੋਂ ਲੈ ਕੇ ਉੱਥੋਂ ਦਾ ਪੀਰੀਅਡ ਜਿਹੜਾ ਅਸੀਂ ਹੰਢਾਇਆ ਉਹ ਸਾਨੂੰ ਪਤਾ ਵੀ ਅਸੀਂ ਕਿਸ ਤਰੀਕੇ ਦੇ ਨਾਲ ਆਪਣੇ ਆਪ ਨੂੰ ਖੜੇ ਕੀਤਾ ਹੈ। ਨਹੀਂ ਵਾਕਈ ਤੁਹਾਨੂੰ ਦੋਨਾਂ ਨੂੰ ਸੈਲਿਊਟ ਹੈ, ਕਿਉਂਕਿ ਸਿਨੇਮਾ ਘਰਾਂ ਦੇ ਵਿੱਚ ਜਦੋਂ ਅਸੀਂ ਪਰਦੇ ਉੱਤੇ ਵੇਖਾਂਗੇ ਅਤੇ ਸਿਚੁਏਸ਼ਨਲ ਕੋਮੇਡੀ ਦੇ ਨਾਲ ਦਰਸ਼ਕਾਂ ਦੇ ਢਿੱਡੀ ਪੀੜੇ ਪਾਉਂਦੇ ਵੇਖਾਂਗੇ ਜਾਂ ਉਹਨਾਂ ਨੂੰ ਹਸਾ ਕੇ ਲੋਟ ਪੋਟ ਕਰਦੇ ਵਿਖਾਉਂਦੇ ਵੇਖਾਂਗੇ ਤੁਹਾਡੇ ਕਿਰਦਾਰਾਂ ਦੇ ਜ਼ਰੀਏ। ਮੈਂ ਆਪਦੇ ਆਪ ਨੂੰ ਹਾਰਦੀ ਮਹਿਸੂਸ ਕਰਦੀ ਹਾਂ ਨਾ, ਜਾਂ ਤਾਂ ਮੇਰਾ ਨਾਮ ਜੌਕਰ, ਮੈਂ ਮੂਵੀ ਬਹੁਤ ਦੇਖਦੇ ਹਾਂ, ਇੱਕ ਖਾਮੋਸ਼ੀ ਮੂਵੀ ਪੁਰਾਣੀ ਬਹਿਦਾ ਰਹਿਮਾਨ ਦੀ, ਮੈਂ ਉਹ ਬਹੁਤ ਦੇਖਦੀ ਹਾਂ। ਇੱਕ ਸਭ ਤੋਂ ਵੱਧ ਮੈਂ ਦੇਖਦੀ ਹਾਂ ਮਿਲਖਾ ਸਿੰਘ। ਮੈਂ ਕਹਿੰਦੀ ਤੇਰੇ ਨਾਲ ਤਾਂ ਇੰਨੇ ਰਿਸ਼ਤੇ ਨੇ। ਮਿਲਖਾ ਸਿੰਘ 'ਤੇ ਜਦੋਂ ਵਕਤ ਪਿਆ ਸੀ ਉਹ ਤਾਂ 10 ਸਾਲ ਦਾ ਬੱਚਾ ਸੀ, ਹੈ ਨਾ। ਉਹਨੇ ਦੁਨੀਆ 'ਤੇ ਇੰਨਾ ਨਾਂ ਰੋਸ਼ਨ ਕਰ ਲਿਆ ਅਤੇ ਤੈਨੂੰ ਕੀ ਹੋਇਆ, ਹੈ ਨਾ। ਨਹੀਂ ਉੱਠੋ, ਕਹਿੰਦੇ ਜਦੋਂ ਤੁਸੀਂ ਡਿੱਗਣ ਲੱਗੋ ਉਹਨਾਂ ਲੋਕਾਂ ਬਾਰੇ ਪੜ੍ਹੋ, ਉਹਨਾਂ ਲੋਕਾਂ ਨੂੰ ਦੇਖੋ ਜਿਨ੍ਹਾਂ ਨੇ ਆਪਣੇ ਤੋਂ ਵੀ ਜ਼ਿਆਦਾ ਸੰਘਰਸ਼ ਕੀਤਾ, ਫਿਰ ਤੁਸੀਂ ਉੱਠਦੇ। ਮੈਂ ਤਾਂ ਫਿਰ ਗੁਰੂਆਂ ਦੀ ਸਾਖੀਆਂ ਪੜ੍ਹਨੇ ਸ਼ੁਰੂ ਕੀਤੀਆਂ, ਹੈ ਨਾ। ਹੋਰ ਕਿੰਨੇ ਲੋਕਾਂ ਨੇ ਜਿਹਨਾਂ ਨੇ ਸੰਘਰਸ਼ ਕਰਕੇ ਕਿੰਨੇ ਪਰਿਵਾਰ ਚਲੇ ਗਏ, ਜਿਨ੍ਹਾਂ ਦੇ ਬੱਚੇ ਸ਼ਹੀਦ ਹੋ ਗਏ, ਜਿਨ੍ਹਾਂ ਨੇ ਜੰਗ ਵਿੱਚ ਸ਼ਹੀਦ ਹੋ ਗਏ, ਬਾਰਡਰਾਂ 'ਤੇ ਸ਼ਹੀਦ ਹੋ ਗਏ, ਵੀ ਉਹ ਵੀ ਤਾਂ ਮਾਵਾਂ ਨੇ, ਉਹ ਵੀ ਤਾਂ ਹੈਗੇ ਨੇ। ਫਿਰ ਅਸੀਂ ਪਤਾ ਨਹੀਂ ਕਿਹੜੇ ਬੰਦੇ ਦੀਆਂ ਗੱਲਾਂ ਸੁਣੀਆਂ, ਕਿਹੜੀਆਂ ਦੀਆਂ ਕਹਾਣੀਆਂ ਕੈਨੇਡਾ 'ਚੋਂ ਆਈ, ਮੇਰੇ ਪੜ੍ਹ ਕੇ ਤਾਂ ਆਪਣੇ ਆਪ ਨੂੰ ਹੌਸਲਾ ਦਿੱਤਾ। ਮੇਰੇ ਪਾਪਾ ਦੀ ਇਸ ਵੇਲੇ ਬੋਡੀ, ਡੈੱਡ ਬੋਡੀ ਪਈ ਸੀ ਜਦੋਂ ਮੈਂ ਕੈਨੇਡਾ 'ਚੋਂ ਉਤਰੀ, ਮੈਨੂੰ ਕਿਸੇ ਨੇ ਨਹੀਂ ਦੱਸਿਆ। ਅਤੇ ਸਾਰੇ ਕਹਿੰਦੇ ਇੱਕ ਫੁਲਕਾ ਖਾ ਲਿਆ, ਇੱਕ ਫੁਲਕਾ ਖਾ ਲਿਆ, ਨਹਾ ਲਿਆ। ਮੈਂ ਕਿਹਾ ਵੀ ਨਹੀਂ, ਮੈਂ ਪਾਪਾ ਜੀ ਕੋਲ ਜਾਣਾ, ਮੈਨੂੰ ਇਹ ਦੱਸਿਆ ਗਿਆ ਬੁਖਾਰ ਹੈ। ਉਹਨਾਂ ਨੂੰ ਆਏ ਸੀ ਵੀ ਇੱਕ ਫੁਲਕਾ ਖਾ ਲਈ ਫਟਾਫਟ, ਵੀ ਇੰਨਾ ਲੰਬਾ ਸਫ਼ਰ ਕਰਕੇ ਆਈਏ। ਅਤੇ ਡੈੱਡ ਬੋਡੀ ਘਰ ਆਈ, ਮੇਰੇ ਖਿਆਲ 4th ਦਿਨ ਸੀ। ਮੇਰੇ ਹਸਬੈਂਡ ਨੇ ਉਹਨਾਂ ਨੂੰ ਕਿਹਾ ਵੀ ਜਸਵਿੰਦਰ ਦੇ ਫਾਦਰ ਦੀ ਡੈੱਥ ਹੋ ਗਈ, ਵੀ ਯਾਰ ਪ੍ਰੋਗਰਾਮ ਕੈਂਸਲ ਕਰ ਦਿਉ। ਕਹਿੰਦੇ ਨਹੀਂ ਜੀ, ਇਕੱਠ ਬਹੁਤ ਆ, ਇਸ ਤਰ੍ਹਾਂ ਪੋਸਟਰ ਲਾ ਚੁੱਕੇ। ਤੁਸੀਂ ਇਹ ਦੇਖੋ ਵੀ ਮੈਂ ਉਸ ਪ੍ਰੋਗਰਾਮ 'ਤੇ ਵੀ ਗਈ, ਇਕੱਠ ਵੀ ਬਹੁਤ ਸੀ, ਉਹ ਆਪਦੀ ਥਾਂ 'ਤੇ ਸੱਚੇ ਸੀ, ਹੈ ਨਾ। ਮੈਂ ਐਸਾ ਗਾਇਆ ਜੀ ਉਦੋਂ, ਕਿਉਂਕਿ ਸਾਰਾ ਦਰਦ ਤਾਂ ਮੇਰੇ ਅੰਦਰ ਸੀ, ਐਸਾ ਗਾਇਆ। ਅਤੇ ਗਾਉਣ ਤੋਂ ਬਾਅਦ ਗੱਡੀ 'ਚ ਬਹਿ ਗਏ, ਉਹਨੇ ਕਹਿੰਦੇ ਚਾਹ ਪਾਣੀ। ਪੱਪੂ ਨੂੰ ਤਾਂ ਹੁਣ, ਮੇਰੇ ਹਸਬੈਂਡ ਨੂੰ ਤਾਂ ਪਤਾ ਸੀ ਜਿਹੜੇ ਮੇਰੇ ਨਾਲ ਸੀ ਵੀ ਹੁਣ ਇਹ ਕੀ ਫੀਲ ਕਰ ਰਹੀ ਆ। ਫਿਰ ਦੇਖ ਲਓ ਵੀ ਮੈਂ ਕਿਹਾ ਵੀ ਖੇਤ 'ਚ ਗੱਡੀ ਰੋਕ ਦਿਉ। ਫਿਰ ਮੈਂ ਖੇਤ 'ਚ ਗੱਡੀ ਰੁਕਾਈ ਜੀ, ਮੈਂ ਪੈਰਾਂ ਗੋਡਿਆਂ ਭਾਰ ਬਹਿ ਗਈ। ਫਿਰ ਮੈਂ ਦੋ ਜ਼ੋਰ ਦੀ ਚੀਕਾਂ ਮਾਰੀਆਂ, ਬਹੁਤ ਜ਼ੋਰ ਜ਼ੋਰ ਦੀ ਚੀਕਾਂ ਮਾਰੀਆਂ, ਪਾਪਾ ਜੀ, ਪਾਪਾ ਜੀ।
ਕਈ ਵਾਰ ਕਲਾਕਾਰ ਦੀ ਤਕਲੀਫ ਨੂੰ ਸਮਝ ਲੈਣਾ ਚਾਹੀਦਾ। ਮੈਂ ਹੁਣ ਦੇਖੋ ਤੁਹਾਡੀ ਗੱਲ ਤੋਂ ਮੈਨੂੰ ਯਾਦ ਆਇਆ ਇਹ ਨਾਲ ਨਾਲ ਹੀ ਦਿਮਾਗ ਚੱਲ ਰਹੀਆਂ ਗੱਲਾਂ, ਕਿੰਨੀ ਸਿਮਲਰ ਜੀ ਜ਼ਿੰਦਗੀ ਆ। ਮੇਰੇ ਪਾਪਾ ਹੋਸਪਿਟਲ ਸੀਗੇ ਉਦੋਂ, ਉਹਨਾਂ ਦੀ ਕਿਡਨੀ ਖਰਾਬ ਹੋ ਗਈ ਸੀਗੀ, ਅਸੀਂ ਕੈਨੇਡਾ ਸ਼ੋਅ ਕਰ ਰਹੇ ਸੀਗੇ। ਮੈਨੂੰ ਹੁਣ ਵੀ ਯਾਦ ਆ ਅਗਸਤ ਦੇ ਮਹੀਨੇ 'ਚ ਸੀਗਾ ਉੱਥੇ ਸ਼ੋਅ ਸੀਗਾ, ਪੰਜਾਬ ਮੇਲਾ ਉੱਥੇ ਹੁੰਦਾ ਹੈ ਟੋਰਾਂਟੋ ਦੇ ਵਿੱਚ। ਉੱਥੇ ਅਸੀਂ ਜਦੋਂ ਪ੍ਰੋਗਰਾਮ ਕੀਤਾ ਤਾਂ ਉਦੋਂ ਮੈਨੂੰ ਪਤਾ ਲੱਗਿਆ ਕਿ ਪਾਪਾ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਆ। ਪਹਿਲਾਂ ਇੱਕ ਹਫ਼ਤਾ ਪਹਿਲਾਂ ਮੇਰੇ ਨਾਲ ਤਾਂ ਸਰਦੂਲ ਜੀ ਨਾਲ ਗੱਲ ਹੋਈ, ਪਾਪਾ ਦੀ ਠੀਕ ਠਾਕ ਸੀਗੇ, ਹੋਸਪਿਟਲ ਸੀਗੇ, ਕਹਿੰਦੇ ਠੀਕ ਆ। ਮੈਂ ਕਿਹਾ ਚਲੋ ਥੋੜ੍ਹੀ ਬਹੁਤ ਤਬੀਅਤ ਖਰਾਬ ਹੋਣੀ, ਠੀਕ ਹੋ ਜਾਣਗੇ। ਪਰ ਜਦੋਂ ਹਫ਼ਤੇ ਕੁ ਬਾਅਦ ਮੇਰੇ ਬ੍ਰਦਰ ਦਾ ਫੋਨ ਆਇਆ, ਕਹਿੰਦੇ ਤੁਸੀਂ ਆ ਜਾਓ। ਮੈਂ ਕਿਹਾ ਵੀਰ ਜੀ ਤੁਸੀਂ ਦੱਸੋ ਪਾਪਾ ਠੀਕ ਆ? ਕਹਿੰਦੇ ਠੀਕ ਤਾਂ ਹੈਗੇ, ਬਸ ਤੁਸੀਂ ਆ ਜਾਓ, ਵੀ ਦੇਰ ਨਾ ਕਰਿਓ, ਵੀ ਪਤਾ ਨਹੀਂ ਹੈਗਾ, ਕੁਛ ਨਹੀਂ ਪਤਾ ਹੈਗਾ। ਉਹ ਗੱਲ ਸੁਣ ਕੇ ਨਾ ਮੇਰਾ ਇੱਕਦਮ ਅੰਦਰ ਹਿੱਲ ਗਿਆ। ਅਤੇ ਸਰਦੂਲ ਜੀ ਨੇ ਉਹਦੇ ਅਸੀਂ ਜੋ ਉਹ ਅੰਦਰ ਸਾਡੇ ਹਾਲ ਪੈ ਰਹੇ ਨੇ ਅਤੇ ਪੰਜਾਬ ਮੇਲਾ ਮੈਂ ਜਾਣਾ ਸਟੇਜ 'ਤੇ, ਹੈ ਨਾ, ਐਡੀ ਦੁਨੀਆ ਇਕੱਠੀ ਹੁੰਦੀ ਆ ਉੱਥੇ, ਅਤੇ ਮੈਂ ਅਤੇ ਸਰਦੂਲ ਜੀ ਗਾ ਵੀ ਰਹੇ ਹਾਂ ਸਟੇਜ 'ਤੇ ਗਈ ਹਾਂ, ਅਤੇ ਮੇਰੇ ਹਾਲ ਪੈ ਰਹੇ ਨੇ, ਮੇਰੇ ਹੱਥ ਕੰਬ ਰਹੇ ਨੇ, ਠੰਡੀ ਹੋਈ ਪਈ ਹਾਂ ਮੈਂ। ਇੱਕ ਵਾਰ ਤਾਂ ਮੈਂ ਇਹ ਕਹਿਤਾ, ਮੈਂ ਕਿਹਾ ਵੀ ਮੈਥੋਂ ਨਹੀਂ ਗਾਇਆ ਜਾਣਾ, ਤੁਸੀਂ ਚੱਲ ਜਾਓ ਸਟੇਜ 'ਤੇ, ਵੀ ਮੈਂ ਗਾ ਨਹੀਂ ਸਕਦੀ, ਵੀ ਮੈਨੂੰ ਪਤਾ ਵੀ ਪਤਾ ਨਹੀਂ ਕੀ ਹੋਇਆ ਉੱਥੇ, ਜਦ ਆਪਾਂ ਹੈ ਨਹੀਂ ਗਏ ਜਾਂ ਕੀ ਹੈਗਾ, ਕੀ ਬਣਨਾ ਹੈ, ਕੁਛ ਨਹੀਂ ਪਤਾ। ਪਰ ਐਂਡ ਦੇ ਉੱਤੇ ਸਾਰੇ ਲੋਕ ਕਹਿਣ, ਨੂਰੀ ਕਿਉਂ ਨਹੀਂ ਆ ਰਹੀ, ਨੂਰੀ ਕਿਉਂ ਨਹੀਂ ਆ ਰਹੀ ਸਟੇਜ 'ਤੇ? ਫਿਰ ਮੈਨੂੰ ਜਾਣਾ ਪਿਆ। ਉਹ ਕਹਿੰਦੇ ਖੋਸਾ ਸਾਹਿਬ ਨੇ ਉੱਥੇ, ਬਲਦੇਵ ਖੋਸਾ, ਉਹਨਾਂ ਦਾ ਸ਼ੋਅ ਸੀਗਾ, ਅਤੇ ਸੁਣਦੇ ਹੋਣਗੇ ਤਾਂ ਉਹਨਾਂ ਨੂੰ ਵੀ ਇਸ ਉਹ ਚੀਜ਼ ਯਾਦ ਆਊਗੀ। ਉਹ ਕਹਿੰਦੇ ਭੈਣ ਜੀ ਠੀਕ ਆ, ਜੋ ਵੀ ਹੈ ਠੀਕ ਆ, ਆਪਾਂ ਕਲਾਕਾਰ ਹਾਂ, ਤੁਹਾਨੂੰ ਜਾਣਾ ਪੈਣਾ ਸਟੇਜ 'ਤੇ, ਲੋਕਾਂ ਨੂੰ ਨਹੀਂ ਇਸ ਚੀਜ਼ ਦਾ ਪਤਾ। ਪਲੀਜ਼ ਤੁਸੀਂ ਆਪਣਾ ਦਰਦ ਛੁਪਾ ਕੇ ਜਾਇਓ, ਤੁਸੀਂ ਲੋਕ ਤੁਹਾਡੀ ਵੇਟ ਕਰ ਰਹੇ ਨੇ। ਐਂਡ ਲੋਕਾਂ ਨੂੰ, ਲੋਕਾਂ ਨੇ ਇਹ ਕਹਿਣਾ ਵੀ ਸ਼ਾਇਦ ਇਹਨਾਂ ਨੇ ਸਾਡੇ ਨਾਲ ਝੂਠ ਬੋਲਿਆ, ਵੀ ਨਾਮ ਦੇਤਾ ਪੋਸਟਰ 'ਤੇ, ਤੁਹਾਨੂੰ ਬੁਲਾਉਣ ਵਾਸਤੇ ਇੱਦਾਂ ਕਰਤਾ, ਤੁਹਾਨੂੰ ਜਾਣਾ ਪੈਣਾ। ਪਰ ਮੈਂ ਸਟੇਜ 'ਤੇ ਗਈ, ਫਿਰ ਉਹਦੇ ਗਾਇਆ, ਨੱਚੇ ਟੱਪੇ ਵੀ, ਸਾਰਾ ਕੁਛ ਉਵੇਂ ਹੀ ਕੀਤਾ, ਹੈ ਨਾ। ਪਰ ਮੈਂ ਹੋਟਲ 'ਚ ਆ ਕੇ ਇੰਨਾ ਕੁ ਰੋਈ, ਮੈਂ ਸਰਦੂਲ ਮੈਨੂੰ ਕਹਿੰਦਾ ਤੂੰ ਪਾਗਲ ਆ, ਪਾਪਾ ਜੀ ਠੀਕ ਆ? ਮੈਂ ਕਿਹਾ ਪਤਾ ਹੀ ਨਹੀਂ ਹੈਗਾ ਸਾਨੂੰ ਕਿਉਂ ਬੁਲਾ ਰਹੇ ਨੇ, ਉਹ ਕੀ ਕਿਉਂ ਕਹਿ ਰਹੇ ਨੇ ਵੀ ਤੁਸੀਂ ਆ ਜਾਓ ਬਸ। ਅਤੇ ਉਹ ਮੈਨੂੰ ਹੌਸਲਾ ਦੇ ਗਏ ਵੀ ਕੋਈ ਗੱਲ ਨਹੀਂ। ਪਰ ਅਸੀਂ ਉੱਥੋਂ ਟਿਕਟ ਕਰਵਾਈ, ਅਗਲੇ ਦਿਨ ਅਸੀਂ ਵਾਪਸ ਜਦੋਂ ਆਏ ਪਲੇਨ ਦੇ ਵਿੱਚ, ਵੀ ਮੈਂ ਕੁਛ ਨਾ ਖਾਵਾਂ, ਮੇਰੇ ਹੌਲ ਪਈ ਜਾਣ, ਮੈਂ ਰੋਂਦੀ ਸਾਰੇ ਰਸਤੇ, ਰੋਂਦੀ ਆਈ ਮੈਂ ਇੱਕਦਮ। ਅਸੀਂ ਘਰ ਨਹੀਂ ਗਏ, ਸਿੱਧਾ ਹੋਸਪਿਟਲ। ਜਦੋਂ ਅਸੀਂ ਸਾਡੀ ਪਲੇਨ ਸਾਡਾ ਆਇਆ ਦਿੱਲੀ ਤੋਂ, ਦਿੱਲੀ ਤੋਂ ਸਿੱਧਾ ਜਦੋਂ ਗਏ ਖੰਨੇ ਕਿਸੇ ਹੋਸਪਿਟਲ ਦਾਖਲ ਸੀ ਪਾਪਾ, ਅਸੀਂ ਮੈਂ ਸਿੱਧੀ ਹੋਸਪਿਟਲ 'ਚ ਪਹੁੰਚੀ, ਅਤੇ ਪਾਪਾ ਨਾ ਕੋਮਾ 'ਚ ਜਾ ਚੁੱਕੇ ਸੀਗੇ ਉਦੋਂ। ਮੇਰੇ ਪਾਪਾ ਮਤਲਬ ਕਿ ਮੇਰੇ ਨਾਲ ਗੱਲ ਨਹੀਂ ਕਰ ਪਾਏ, ਕੋਮਾ 'ਚ ਚਲੇ ਗਏ, ਅਤੇ ਮੈਂ ਪਾਪਾ ਨੂੰ ਐਂ ਦੇ ਦਿੱਤੀ। ਮੈਂ ਕਿਹਾ ਪਾਪਾ ਬਸ, ਉਹ ਇੱਦਾਂ ਸੀਗੇ, ਉਹ ਨਾ ਹਿੱਲ ਰਹੇ ਸੀ ਨਾ ਅੱਖ ਝਪਕ ਰਹੇ ਸੀਗੇ, ਅਤੇ ਮੈਂ ਪਾਪਾ ਦੇ ਕੋਲ ਖੜੀ, ਮੈਂ ਹੱਥ ਥੋੜ੍ਹਾ ਹਲਕਾ ਜਿਹਾ ਹੱਥ ਹਿੱਲਿਆ ਉਹਨਾਂ ਦਾ, ਜਿਹਾ ਅੱਖਾਂ 'ਚੋਂ ਇੱਦਾਂ ਹੰਝੂ ਤੁਰੇ, ਅਤੇ ਮੈਨੂੰ ਇੱਦਾਂ ਲੱਗਿਆ ਵੀ ਪਾਪਾ ਮੇਰੀ ਗੱਲ ਨੂੰ ਸੁਣ ਰਹੇ ਨੇ ਪਰ ਐਕਟ ਨਹੀਂ ਕਰ ਸਕਦੇ, ਰਿਸਪੋਂਡ ਨਹੀਂ ਕਰ ਰਹੇ, ਅਤੇ ਅੱਖਾਂ 'ਚੋਂ ਹੰਝੂ ਆ ਰਹੇ ਨੇ, ਜਿਵੇਂ ਉਹ ਕਹਿ ਰਹੇ ਹੋਣ ਵੀ ਸ਼ੁਕਰ ਆ ਵੀ ਤੂੰ ਆ ਗਈ, ਹੈ ਨਾ। ਅਤੇ ਮੇਰਾ ਬ੍ਰਦਰ ਸੀਗਾ ਛੋਟਾ, ਮੇਰੇ ਨਾਲੇ ਗਿਆ ਸੀ, ਉਹ ਵੀ ਆ ਗਿਆ, ਸਾਰੇ ਅਸੀਂ ਆ ਗਏ, ਸਾਰੇ ਇਕੱਠੇ ਹੋ ਗਏ, ਅਤੇ ਉਹ ਟਾਈਮ 'ਤੇ ਫਿਰ ਮੈਂ ਜਦੋਂ ਅਸੀਂ ਉਹਨਾਂ ਨੂੰ ਫਿਰ ਲੈ ਕੇ ਗਏ ਲੁਧਿਆਣੇ ਦੇ ਬਹੁਤ ਵੱਡੇ ਹੋਸਪਿਟਲ 'ਚ ਲੈ ਗਏ, ਉਹ ਕੋਮਾ 'ਚ ਸੀਗੇ ਕਿੰਨੇ ਦਿਨ ਰਹੇ, ਬਸ ਫਿਰ ਉਸ ਤੋਂ ਬਾਅਦ ਫਿਰ ਉਹਨਾਂ ਦੀ ਡੈਥ ਹੋ ਗਈ। ਮਤਲਬ ਕਿ ਵੀ ਉਹ ਡੈਥ ਹੋਈ, ਫਿਲਮ ਸੀਗੀ ਸਾਈਨ ਕੀਤੀ ਡੈਡੀ ਕੂਲ ਮੁੰਡੇ ਫੂਲ, ਕਿੱਡੀ ਕਾਮੇਡੀ ਮੂਵੀ ਸੀਗੀ, ਮੇਰੇ ਅੰਦਰ ਉਹ ਦਰਦ ਭਰਿਆ ਹੋਇਆ ਸੀਗਾ, ਪਰ ਫਿਰ ਵੀ ਮੈਂ ਉਹ ਮੂਵੀ ਕਰਨ ਗਈ, ਡੈਡੀ ਕੂਲ ਮੁੰਡੇ ਫੂਲ ਉਹ ਮੂਵੀ ਕੀਤੀ ਸਾਰਾ, ਹੈ ਨਾ ਇੱਦਾਂ। ਪਰ ਕਿਸੇ ਨੂੰ ਕੀ ਪਤਾ ਕਿ ਮੈਂ ਸਾਰਾ ਦਿਨ ਰੋਲ ਕਰਕੇ ਜਾ ਕੇ, ਮੈਂ ਹੋਟਲ ਦੇ ਵਿੱਚ ਜਾ ਕੇ ਜਦੋਂ ਮੇਰਾ ਰੋਲ ਖਤਮ ਹੋ ਜਾਂਦਾ ਸੀਗਾ ਸ਼ੂਟ ਦਾ, ਫਿਰ ਮੈਂ ਹੋਟਲ 'ਚ ਜਾ ਕੇ ਕਿੱਦਾਂ ਭੁੱਬਾ ਮਾਰ ਮਾਰ ਕੇ ਰੋਂਦੀ ਹੁੰਦੀ ਸੀਗੀ ਵੀ ਮੇਰੇ ਪਾਪਾ, ਕਿਉਂਕਿ ਮੇਰੇ ਪਾਪਾ ਨੇ ਮੇਰਾ ਕੈਰੀਅਰ ਸ਼ੁਰੂ ਕੀਤਾ ਨਾ, ਮੇਰੇ ਪਹਿਲੇ ਗੁਰੂ ਮੇਰੇ ਪਾਪਾ ਹੀ ਸੀਗੇ, ਮੇਰੇ ਪਾਪਾ ਨੇ ਮੈਨੂੰ ਰਿਆਜ਼ ਕਰਵਾਉਣਾ ਅਤੇ ਲੈ ਕੇ ਘੁੰਮਦੇ ਰਹਿੰਦੇ ਹੁੰਦੇ ਸੀ, ਮੈਨੂੰ ਬਹੁਤ ਸਟਰਗਲ ਕੀਤਾ ਪਾਪਾ ਨੇ ਮੇਰੇ ਲਈ ਵੀ, ਅਤੇ ਮਤਲਬ ਕਿ ਵੀ ਉਹ ਚੀਜ਼ਾਂ ਸਾਰੀਆਂ ਯਾਦ ਆਉਂਦੀਆਂ ਸੀ। ਤੁਸੀਂ ਰਾਤ ਨੂੰ ਸਾਰੀ ਰਾਤ ਰੋ ਰਹੇ ਹੋ, ਦਿਨ 'ਚ ਤੁਸੀਂ ਕੰਮ ਕਰ ਰਹੇ ਹੋ, ਇੱਕ ਦਿਨ ਤਾਂ ਇੰਨੀ ਹਾਲਤ ਖਰਾਬ ਹੋਈ ਮੈਨੂੰ ਨਾ, ਰਾਤ ਨੂੰ ਮੇਰਾ ਸਾਹ ਘੁੱਟਣ ਲੱਗ ਗਿਆ, ਬੀ ਪੀ ਵੱਧ ਗਿਆ ਮੇਰਾ, ਉੱਥੇ ਹੋਟਲ 'ਚ ਪਈ ਦਾ ਇੱਕਦਮ ਰਾਤ ਨੂੰ 2-2:30 ਹੋਏ, ਮੇਰੇ ਬੇਟੇ ਨੂੰ ਮੈਂ ਕਿਹਾ ਮੈਨੂੰ ਘਬਰਾਹਟ ਹੋ ਰਹੀ ਹੈ, ਮੇਰਾ ਸਾਹ ਬੰਦ ਹੋ ਰਿਹਾ। ਬੇਟੇ ਨੇ ਫਟਾਫਟ ਫੋਨ ਕੀਤਾ, ਸਪੀਡ ਵਾਲੇ ਜਿਹੜੇ ਆਪਣੇ ਸੀਗੇ ਮੁੰਡੇ ਸੋਨੂੰ ਸੀਗਾ ਦਿਨੇਸ਼, ਉਹਨਾਂ ਨੂੰ ਫੋਨ ਕੀਤਾ ਵੀ ਮੰਮੀ ਦੀ ਤਬੀਅਤ ਖਰਾਬ ਆ, ਉਹ ਫਟਾਫਟ ਆਏ ਮੈਨੂੰ ਲੈ ਕੇ ਹੋਸਪਿਟਲ ਚਲੇ ਗਏ। ਉੱਥੇ ਹੋਸਪਿਟਲ 'ਚ ਮੈਂ ਪੂਰੀ ਰਾਤ ਮੈਂ ਹੋਸਪਿਟਲ 'ਚ ਰਹੀ, ਫਿਰ ਡਾਕਟਰ ਨੇ ਕਿਹਾ ਵੀ ਕੁਛ ਨਹੀਂ ਠੀਕ ਨੇ, ਪਰ ਇਹਨਾਂ ਨੂੰ ਐਨਜ਼ਾਈਟੀ ਹੋ ਰਹੀ ਆ ਔਰ ਇਹ ਕਿਸੇ ਸ਼ੌਕ 'ਚ ਨੇ, ਅਤੇ ਈ ਸੀ ਜੀ ਵਗੈਰਾ ਕੀਤੀ, ਅਤੇ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਵੀ ਠੀਕ ਹੋ ਜਾਣਗੇ, ਥੋੜ੍ਹਾ ਮੈਨੂੰ ਖੁਸ਼ੀ ਦਾ ਮਾਹੌਲ ਦਿਓ। ਫਿਰ ਉਹਨਾਂ ਨੇ ਮੇਰੀ ਬਹੁਤ ਜ਼ਿਆਦਾ ਹੈਲਪ ਕੀਤੀ, ਦਿਨੇਸ਼ ਉਹਨਾਂ ਨੇ ਸਾਰਿਆਂ ਨੇ ਵਿਚਾਰਿਆਂ ਨੇ,
ਤੇ ਮੈਨੂੰ ਕਹਿੰਦਾ ਤੁਸੀਂ ਦੋ ਦਿਨ ਰੈਸਟ ਕਰੋ, ਕੋਈ ਗੱਲ ਨਹੀਂ। ਅਤੇ ਮਤਲਬ ਕਿ ਆਹ ਕੁਛ ਹੁੰਦਾ, ਕਈ ਵਾਰੀ ਚੰਗੇ ਲੋਕ ਮਿਲ ਜਾਂਦੇ, ਸਾਡੇ ਦਰਦ ਨੂੰ ਸਮਝ ਵੀ ਲੈਂਦੇ ਨੇ, ਪਰ ਕਈ ਵਾਰੀ ਨਹੀਂ ਸਮਝਦੇ। ਉੱਥੇ ਫਿਰ ਅਸੀਂ ਕੀ ਕਰ ਸਕਦੇ, ਸਾਡੀ ਮਜਬੂਰੀ ਹੈ, ਸਾਨੂੰ ਹੱਸਣਾ ਪੈਂਦਾ, ਨੱਚਣਾ ਵੀ ਪੈਂਦਾ, ਸਾਰਾ ਕੁਛ ਕਰਨਾ ਪੈਂਦਾ ਨਾ। ਬਸ ਮੈਂ ਐਂਡ ਨਚੋੜ ਇਹ ਕਰਦੀ ਹਾਂ ਵੀ ਜ਼ਿੰਦਗੀ ਚੱਲਦੀ ਰਹਿੰਦੀ, ਆਪਾਂ ਖਾਂਦੇ ਵੀ ਹਾਂ, ਆਪਾਂ ਪੀਂਦੇ ਵੀ ਹਾਂ, ਆਪਾਂ ਆਪਣਾ ਬਿਜ਼ਨਸ ਵੀ ਕਰਦੇ ਹਾਂ ਆਪਣੇ ਬੱਚਿਆਂ ਨਾਲ ਹੀ। ਜਦੋਂ ਮੇਰੇ ਪਾਪਾ ਜਿਉਂਦੇ ਹੁੰਦੇ ਸੀ ਨਾ, ਉਦੋਂ ਮੈਂ ਭਾਵੇਂ ਵੱਡੀ ਸੀ ਪਰ ਬੱਚੀ ਸੀ। ਜਦੋਂ ਉਹ ਚਲੇ ਗਏ, ਜਸਵਿੰਦਰ ਬਰਾੜ ਰਹਿ ਗਈ, ਗੁੱਡੀ ਖਤਮ ਹੋ ਗਈ। ਹਾਂ, ਤੁਸੀਂ ਮੈਨੂੰ ਉੱਥੇ ਸ਼ੂਟਿੰਗ ਦੀ ਵੀ ਗੱਲ ਕਹੀ ਸੀਗੀ, ਮੈਨੇ ਪਾਪਾ ਗੁੱਡੀ ਕਹਿ ਕੇ ਬੁਲਾਉਂਦੇ ਹੁੰਦੇ ਸੀਗੇ। ਮੈਂ ਬਸ ਹਾਂ ਇੱਕ ਗੱਲ, ਬਸ ਮੈਂ ਜਿਹੜੀ ਮੇਰੀ ਜ਼ਿੰਦਗੀ 'ਚ ਕਮੀ ਹੈ ਵੀ ਜਸਵਿੰਦਰ ਬਰਾੜ ਜਾਂਦੀ ਰਹਿ ਗਈ ਅਤੇ ਗੁੱਡੀ ਖਤਮ ਹੋ ਗਈ। ਤਾਂ ਮੈਂ ਕਹਿੰਦੀ ਕਿ ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ। ਦੁੱਖ ਤਾਂ ਦੇਖੋ ਹਰ ਇੱਕ ਦੀ ਜ਼ਿੰਦਗੀ 'ਚ ਹੈਗੇ ਆ, ਕਿਸੇ ਨੂੰ ਅੱਜ ਖੁਸ਼ੀਆਂ ਨੇ ਕੱਲ੍ਹ ਦੁੱਖ ਆ ਜਾਣੇ ਆ, ਕਿਸੇ ਦੁੱਖ ਸੁੱਖ ਜ਼ਿੰਦਗੀ 'ਚ ਚੱਲਦੇ ਆ, ਹੈ ਨਾ। ਪਰ ਜਿਹੜਾ ਕਿਸੇ ਦੇ ਦਰਦ ਨੂੰ ਸਮਝ ਲੈਂਦਾ ਉਹੀ ਇਨਸਾਨ ਆ, ਜਿਹੜਾ ਕਿਸੇ ਦੇ ਦਰਦ ਨੂੰ ਨਹੀਂ ਸਮਝਦਾ ਨਾ, ਉਹ ਮੈਂ ਕਹਿੰਦੀ ਹਾਂ ਪੱਥਰ ਆ ਉਹ। ਅਤੇ ਇਸ ਕਰਕੇ ਲੋਕਾਂ ਨੂੰ ਚਾਹੀਦਾ ਕਿ ਛੇਤੀ ਛੇਤੀ ਕਮੈਂਟ ਨਹੀਂ ਗਲਤ ਕਰਨੇ ਚਾਹੀਦੇ ਕਿਸੇ 'ਤੇ, ਹੈ ਨਾ। ਉਹਨਾਂ ਨੂੰ ਦੇਖਣਾ ਚਾਹੀਦਾ ਕਿ ਬੰਦਾ ਪਤਾ ਨਹੀਂ ਕਿਸ ਦਰਦ ਵਿੱਚੋਂ ਨਿਕਲ ਰਿਹਾ। ਲੇਕਿਨ ਮੈਨੂੰ ਲੱਗਦਾ ਕਿ ਠੀਕ ਹੈ, ਜਿਹੜੇ ਕਰਦੇ ਵੀ ਨੇ ਉਹ ਆਪਣੀ ਡਿਊਟੀ ਸਮਝ ਕੇ ਕਰਦੇ ਪਏ ਨੇ, ਉਹਨਾਂ ਦੀ ਹੈ ਨਾ, ਉਹਨਾਂ ਦੀ ਸੋਚ ਹੀ ਉੱਡੀ ਹੈ, ਸੋਚ ਹੀ ਛੋਟੀ ਆ, ਸ਼ਾਇਦ ਉਹ ਉਦਾਂ ਕਰਦੇ ਹੋਣ। ਕੁੱਲ ਮਿਲਾ ਕੇ ਕਿ ਉਹਨਾਂ ਦੀ ਸੋਚ ਹੀ ਉਨੀ ਕਿ ਤੁਸੀਂ ਕਹਿ ਕੇ ਨਹੀਂ ਕਰਵਾ, ਉਹਨਾਂ ਲਈ ਉਹੀ ਜੋਬ ਹੈ ਕਿ ਕੋਈ ਕੁਛ ਪਾਵੇ ਅਤੇ ਅਸੀਂ ਕਮੈਂਟ ਕਰਕੇ ਅਗਲੇ ਬੰਦੇ ਨੂੰ ਦੱਸੀਏ ਵੀ ਅਸੀਂ ਕੀ ਸੋਚ। ਕਈਆਂ ਦੀ ਡਿਊਟੀ ਨਿੰਦਣਾ, ਹਾਂ ਨਿੰਦਣਾ, ਨਿੰਦਣਾ, ਉਹ ਨਿੰਦਕ ਨੇ, ਉਹਨਾਂ ਨੂੰ ਪਰਮਾਤਮਾ ਨੇ ਭੇਜਿਆ ਹੀ ਨੈਗੇਟਿਵ ਪਰਸਨ ਬਣਾ ਕੇ ਵੀ ਹਾਂਜੀ ਤੁਸੀਂ ਫੋਨ ਜਦੋਂ ਚੱਕਣਾ ਕਿਸੇ ਨੂੰ ਉਹਨਾਂ ਨੇ ਗਲਤ ਹੀ ਬੋਲਣਾ। ਆਪਾਂ ਆਪਣਾ ਦਰਦ ਸਹਿ ਕੇ ਫਿਰ ਵੀ ਖੁਸ਼ੀਆਂ ਦੇਣੀਆਂ, ਅਸੀਂ ਪੋਜ਼ਿਟਿਵ, ਸਾਨੂੰ ਰੱਬ ਨੇ ਪੋਜ਼ਿਟਿਵ ਬਣਾ ਕੇ ਭੇਜਿਆ ਵੀ ਤੁਸੀਂ ਆਪਣੇ ਦਰਸ਼ਕਾਂ ਲਈ ਖੁਸ਼ੀਆਂ ਹੀ ਦੇਣੀਆਂ, ਚਾਹੇ ਦਰਦ ਜਿੰਨਾ ਮਰਜ਼ੀ ਅੰਦਰ ਹੋਵੇ, ਤੁਸੀਂ ਲੋਕਾਂ ਦੀਆਂ ਖੁਸ਼ੀਆਂ 'ਚੋਂ ਖੁਸ਼ੀਆਂ ਲੱਭ ਲਓ। ਕਈ ਲੋਕ ਤੁਹਾਡੀਆਂ ਖੁਸ਼ੀਆਂ 'ਚੋਂ ਕਹਿੰਦੇ ਵੀ ਇਹਨੂੰ ਇਹ ਹੱਸ ਕਿਉਂ ਰਿਹਾ, ਇਹ ਖੁਸ਼ ਕਿਉਂ ਆ, ਇਹ ਹੁਣ ਕਿਉਂ ਖੜਾ ਹੋ ਗਿਆ, ਦੁਬਾਰਾ ਸੈੱਟ ਕਿਉਂ ਹੋ ਗਿਆ, ਇਹ ਤਾਂ ਦਰਦ 'ਚ ਰੋਂਦਾ ਸੀ, ਕਰਾਉਂਦਾ ਸੀ, ਬੜੇ ਖੁਸ਼ ਸੀ ਕਈ ਲੋਕ, ਨਾ। ਪਰ ਵੀ ਅੱਜ ਇਹ ਖੁਸ਼ ਆ, ਅੱਜ ਕੰਮ ਵੀ ਕਰ ਰਹੇ, ਰੋਟੀ ਰੋਜ਼ੀ, ਅਸੀਂ ਹੁਣ ਜਾਣਾ ਆਪਣੇ ਘਰ ਨੂੰ ਵੀ ਦੇਖਣਾ, ਘਰ ਵੀ ਇਹ ਸਾਨੂੰ ਰੱਬ ਨੇ ਰੋਜ਼ੀ ਰੋਟੀ ਦਿੱਤੀ ਹੈ ਤਾਂ ਪੇਟ ਲਗਾਇਆ, ਤਾਂ ਅਸੀਂ ਆਪਣੀ ਜ਼ਿੰਦਗੀ ਵੀ ਤਾਂ ਜੀਣੀ ਆ ਨਾ, ਬੱਚਿਆਂ ਦੀ ਵੀ, ਸਾਡੇ ਨਾਲ ਹੋਰ ਵੀ ਕਈ ਲੋਕ ਜੁੜੇ ਹੋਏ ਨੇ, ਸਾਡੇ ਨਾਲ ਇੱਕ ਨਹੀਂ, ਸਾਡੇ ਨਾਲ 10-15 ਪਰਿਵਾਰ ਹੋਰ ਵੀ ਜੁੜੇ ਹੋਏ ਨੇ ਜਿਨ੍ਹਾਂ ਨੇ ਰੋਜ਼ੀ ਰੋਟੀ ਆ, ਸਾਡੇ ਘਰ ਦੇ ਵਿੱਚ ਸਟਾਫ ਆ, ਸਾਡੇ ਨਾਲ ਕੰਮ ਕਰਦੇ ਨੇ ਜਿਹੜੇ ਲੋਕ, ਸਾਡੇ ਮਿਊਜ਼ੀਸ਼ੀਅਨਸ ਨੇ, ਹੋਰ ਕਿੰਨੀ ਦੁਨੀਆ ਸਾਡੇ ਨਾਲ, ਹੈ ਨਾ। ਅਤੇ ਅਸੀਂ ਉਹਨਾਂ ਵਾਸਤੇ ਵੀ ਕੰਮ ਕਰਨਾ, ਮਤਲਬ ਕਿ ਇਹ ਹੈ ਵੀ ਸਾਨੂੰ ਰੱਬ ਕਹਿੰਦਾ ਵੀ ਤੁਸੀਂ ਪੋਜ਼ਿਟਿਵ ਹੋ, ਤੁਸੀਂ ਆਪਣਾ ਦਰਦ ਸਹਿ ਕੇ ਵੀ ਲੋਕਾਂ ਨੂੰ ਹਸਾਉਣਾ ਹੈ, ਜਿਹੜੇ ਗਲਤ ਲੋਕ ਆ ਉਹਨਾਂ ਨੇ ਤੁਹਾਡੀ ਖੁਸ਼ੀਆਂ ਦੇ ਵਿੱਚ ਵੀ ਜਾ ਕੇ ਕੋਈ ਨਾ ਕੋਈ ਅੰਮ੍ਰਿਤ ਦੇ ਵਿੱਚ ਜ਼ਹਿਰ ਘੋਲਣੀ ਆ, ਉਹਨਾਂ ਨੂੰ ਡਿਊਟੀ ਉਹ ਮਿਲੀ ਆ, ਡਿਊਟੀ ਮਿਲੀ ਹੋਈ ਆ ਜੀ। ਜਿੱਦਾਂ ਹੁਣ ਤੁਸੀਂ ਇੰਨੀ ਗੱਲਾਂ ਆਪਾਂ ਕੀਤੀਆਂ, ਉਸ ਤੋਂ ਬਾਅਦ ਫਿਰ ਇੱਕ ਮੁਸਕਰਾਹਟ ਚਿਹਰੇ 'ਤੇ ਹੈ, ਇੱਕ ਜ਼ਰੂਰ ਸਵਾਲ ਪੁੱਛਣਾ ਚਾਹਾਂਗੀ। ਵਾਪਸ ਫਿਲਮ 'ਤੇ ਆਪਾਂ ਆਉਂਦੇ ਹਾਂ, ਹੈ ਨਾ, ਗੁਬਾਰ ਨਿਕਲ ਗਿਆ, ਹਾਂ ਲੌਂਗ ਲੱਚੀ 2 ਦਾ, ਹੈ ਨਾ। ਤੁਸੀਂ ਕਿਹਾ ਵੀ ਤੁਹਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਜਿਹੜੀ ਹੈ ਲੌਂਗ ਲੱਚੀ 2, ਆਪਾਂ ਜ਼ਰੂਰ ਜਾਣਨਾ ਚਾਹਾਂਗੇ ਕਿਉਂ। ਕਿਉਂਕਿ ਮੇਰੇ ਅੰਦਰ ਇੱਕ ਦੀਵਾ ਜਗਦਾ ਰਹਿੰਦਾ ਸੀ ਵੀ ਮੈਂ ਕਦੇ ਫਿਲਮ 'ਚ ਕੰਮ ਕਰਾਂ। ਇੰਨਾ ਮੈਨੂੰ ਪਤਾ ਸੀ ਵੀ ਸ਼ਾਇਦ ਹੀਰੋ ਨਾਲਾ ਮੇਰਾ ਚਿਹਰਾ ਨਹੀਂ ਆ, ਕਿਉਂਕਿ ਮੈਂ ਆਪਦੀਆਂ ਕਮੀਆਂ ਨੂੰ, ਬੰਦਾ ਉਹੀ ਜਿਹੜਾ ਆਪਦੀਆਂ ਕਮੀਆਂ ਨੂੰ ਖੁਦ ਜਾਣਦਾ ਹੋਵੇ, ਲੋਕ ਨਾ ਗਣਾਉਣ, ਬੰਦੇ ਨੂੰ ਖੁਦ ਪਤਾ ਹੋਵੇ ਵੀ ਮੇਰੇ 'ਚ ਆਹ ਕਮੀਆਂ। ਮੈਂ ਸ਼ੀਸ਼ਾ ਰੋਜ਼ ਦੇਖਦੀ, ਮੈਨੂੰ ਇਹ ਪਤਾ ਸੀ ਵੀ ਹੀਰੋ ਨਾਲਾ ਮੇਰਾ ਚਿਹਰਾ ਹੈ ਨਹੀਂ, ਪਰ ਮੈਂ ਫਿਲਮ ਕਰਨਾ ਚਾਹੁੰਦੀ ਸੀ। ਮੈਂ ਚਾਹੁੰਦੀ ਸੀ ਵੀ ਭਾਵੇਂ ਕਾਲੀ ਪੀਲੀ ਕੀ, ਭਾਵੇਂ ਲੀਰਾਂ ਪਾ ਕੇ, ਭਾਵੇਂ ਬੋਰੀ ਪਾ ਕੇ, ਐਕਟ ਵਧੀਆ ਹੋਵੇ, ਰੋਲ ਵਧੀਆ ਹੋਵੇ, ਅੰਦਰ ਸੋਚਦੀ ਰਹਿੰਦੀ ਹੁੰਦੀ ਸੀਗੀ, ਹੈ ਨਾ ਜੀ। ਅਤੇ ਲੇਟ ਪੂਰੀ ਹੋਈ, ਪਰ ਐਸੀ ਹੋਈ ਵੀ ਮਿਸਾਲ ਹੀ ਕਾਇਮ ਹੋ ਗਈ, ਉਹ ਵੀ ਅੰਬਰਦੀਪ ਸਰ ਕੋਲ, ਐਮੀ ਵਿਰਕ ਨਾਲ, ਉਹ ਨੀਰੂ ਬਾਜਵਾ, ਨੂਰੀ ਭੈਣ ਜੀ ਨੇ ਮੇਰੇ ਖਿਆਲ ਪਤਾ ਨਹੀਂ ਕਿੰਨੀਆਂ ਫਿਲਮਾਂ ਕਰ ਲਈਆਂ। ਬਾਕੀ ਮੈਂ ਜੇ ਮੇਰੀ ਇਹ ਖੁਸ਼ੀ ਸੀ, ਮੇਰੇ ਆਲੇ ਦੁਆਲੇ ਮੈਨੂੰ ਬਹੁਤ ਮਤਲਬ ਹੱਥ ਫੜ ਕੇ ਸਿਖਾਉਣ ਵਾਲੇ ਲੋਕ ਵੀ ਸੀ ਜੀ। ਜੀ ਉਹੀ ਕਹਿੰਦੇ ਨੇ ਵੀ ਗੁਲਾਬ ਦੀ ਖੁਸ਼ਬੂ ਕਦੇ ਮਰਦੀ ਨਹੀਂ ਹੈਗੀ, ਅਤੇ ਤੁਹਾਨੂੰ ਕਿਸੇ ਸਿਆਣੇ ਨੇ ਆਸ਼ੀਰਵਾਦ ਦੇ ਤੌਰ 'ਤੇ ਦਿੱਤਾ ਸੀ, ਤਾਂ ਦੇਖ ਲਓ ਕਿ ਉਹਦੀ ਖੁਸ਼ਬੂ ਟਾਈਮ ਟਾਈਮ 'ਤੇ ਪਰਮਾਤਮਾ ਨੇ ਖਿੜ ਕੇ ਸਾਰਿਆਂ ਸਾਹਮਣੇ ਜਿਹੜੀ ਹੈ ਬਿਖੇਰੀ ਹੈ। ਸੋ ਤੁਹਾਡੇ ਲਈ ਲੌਂਗ ਲਾਚੀ 2 ਕਿਉਂ, ਆਈ ਮੀਨ ਤੁਹਾਡੀ ਖੁਸ਼ੀ ਦੀ ਵਜ੍ਹਾ ਕੀ ਹੈ ਲੌਂਗ ਲਾਚੀ 2 ਦੇ ਨਾਲ? ਮੈਨੂੰ ਇੱਦਾਂ ਸੀ ਕਿ ਜਿਹੜੀ ਪਹਿਲਾਂ ਮੈਂ ਫਿਲਮ ਕੀਤੀ ਸੀਗੀ ਡੈਡੀ ਕੂਲ ਮੁੰਡੇ ਫੂਲ, ਉੱਥੇ ਅੰਬਰ ਹੋਣੀ ਸੀਗੇ ਅਸਿਸਟ ਕਰਦੇ ਸੀ ਸਿਮਰ ਜੀ ਨੂੰ, ਅਤੇ ਇਹਨਾਂ ਦੀ ਸਕ੍ਰਿਪਟ ਹੁੰਦੀ ਸੀ ਬੜੀ ਵਧੀਆ, ਇਹ ਬਹੁਤ ਮਤਲਬ ਕਿ ਕ੍ਰੀਏਟਿਵ ਬਹੁਤ ਸੀਗੇ। ਅਤੇ ਮੈਨੂੰ ਜਦੋਂ ਇਹ ਪਤਾ ਲੱਗਾ ਕਿ ਅੰਬਰਦੀਪ ਹੋਣੀ ਇਸ ਫਿਲਮ ਨੂੰ ਡਾਇਰੈਕਟ ਕਰ ਰਹੇ ਨੇ,
ਅਤੇ ਫਿਰ ਮੈਂ ਕਿਹਾ ਵੀ ਉਹ ਤਾਂ ਬਹੁਤ ਮੰਜਿਆ ਹੋਇਆ ਡਾਇਰੈਕਟਰ ਆ, ਬਹੁਤ ਅੱਛਾ ਐਕਟਰ ਆ, ਉਹਦੀ ਸਕ੍ਰਿਪਟ 'ਚ ਬੜੀ ਜਾਨ ਹੁੰਦੀ ਆ, ਅਤੇ ਬੋਲੀਵੁੱਡ ਦੀਆਂ ਸਕ੍ਰਿਪਟਾਂ ਉਹਨੇ ਲਿਖੀਆਂ ਨੇ ਸ਼ੋਅਜ਼ ਦੀਆਂ, ਵੱਡੇ ਵੱਡੇ ਸ਼ੋਅਜ਼ ਦੀਆਂ, ਅਤੇ ਉਹ ਮੌਕੇ 'ਤੇ ਬਹੁਤ ਅੱਛੀ ਕ੍ਰਿਸ਼ਨ ਕਰ ਲੈਂਦੇ ਨੇ, ਅਤੇ ਮੈਨੂੰ ਬਹੁਤ ਖੁਸ਼ੀ ਸੀਗੀ ਇਸ ਗੱਲ ਦੀ ਕਿ ਮੈਂ ਅੰਬਰਦੀਪ ਦੇ ਨਾਲ ਕੰਮ ਕਰਨਾ। ਬਾਕੀ ਨੀਰੂ ਹੋਣੀ ਅਸੀਂ ਪਹਿਲਾਂ ਤੋਂ ਫਿਲਮਾਂ ਇਕੱਠੇ ਕਰਦੇ ਆ ਰਹੇ ਸੀਗੇ, ਕਾਫੀ ਟਾਈਮ ਬਾਅਦ ਮੈਂ ਨੀਰੂ ਹੋਣਾ ਨਾਲ ਕੰਮ ਕਰਨਾ ਸੀਗਾ, ਅਤੇ ਮੈਨੂੰ ਇਹ ਵੀ ਖੁਸ਼ੀ ਸੀਗੀ ਕਿ ਬਹੁਤ ਟਾਈਮ ਬਾਅਦ ਅਸੀਂ ਇਕੱਠੇ ਹੋਣਾ ਨੀਰੂ ਅਤੇ ਹੈ ਨਾ ਨੀਰੂ ਬਾਜਵਾ ਅਤੇ ਮੈਂ, ਅਤੇ ਇਹ ਵੀ ਖੁਸ਼ੀ ਸੀਗੀ ਕਿ ਬਹੁਤ ਪਿਆਰੀ ਆ ਉਹ। ਅਤੇ ਐਮੀ ਵਿਰਕ ਉਹਨਾਂ ਨਾਲ ਮੇਰੀ ਪਹਿਲੀ ਮੂਵੀ ਸੀਗੀ, ਮੈਨੂੰ ਇਹ ਵੀ ਸੀਗਾ ਵੀ ਐਮੀ ਵਿਰਕ, ਬਾਕੀ ਸਾਰੇ ਜਿੰਨੇ ਵੀ ਆ ਜਿਵੇਂ ਅਮਰਿੰਦਰ ਗਿੱਲ ਜੀ ਆ, ਗਿੱਪੀ ਹੋਣਾ ਦੀ ਮੂਵੀ ਕੀਤੀ ਆ, ਹੋਰ ਸਾਰਿਆਂ ਨਾਲ ਕੀਤਾ ਹੋਇਆ ਸੀਗਾ, ਮੈਂ ਐਮੀ ਵਿਰਕ ਹੋਰਾਂ ਨਾਲ ਨਹੀਂ ਸੀ ਕੋਈ ਕੰਮ ਕੀਤਾ ਹੋਇਆ, ਇਹ ਵੀ ਸੀਗਾ ਵੀ ਚਲੋ ਐਮੀ ਵਿਰਕ ਹੋਰਾਂ ਨਾਲ ਵੀ ਮੇਰੀ ਪਹਿਲੀ ਮੂਵੀ ਸੀਗੀ ਇਹ। ਅਤੇ ਜਸਵਿੰਦਰ ਬਰਾੜ ਜੀ ਅਸੀਂ ਇਕੱਠੇ, ਮੈਂ ਕਿਹਾ ਚਲੋ ਅਸੀਂ ਸਾਨੂੰ ਸਾਰਿਆਂ ਨੂੰ ਇਕੱਠੇ ਰਹਿਣ ਦਾ ਮੌਕਾ ਮਿਲੂਗਾ। ਉੱਥੇ ਸਟੋਰੀ ਬਹੁਤ ਅੱਛੀ ਸੀਗੀ, ਪਹਿਲਾਂ ਮੈਨੂੰ ਸਟੋਰੀ ਨਹੀਂ ਸੀ ਪਤਾ, ਮੈਨੂੰ ਸਿਰਫ ਇੰਨਾ ਪਤਾ ਸੀਗਾ, ਮੈਨੂੰ ਇਹ ਵੀ ਨਹੀਂ ਸੀ ਪਤਾ ਕਿ ਐਮੀ ਹੋਣੀ ਉਹਦੇ ਵਿੱਚ ਕੰਮ ਕਰ ਰਹੇ ਕਿ ਨਹੀਂ, ਮੈਨੂੰ ਇੰਨਾ ਹੀ ਪਤਾ ਸੀ ਕਿ ਅੰਬਰਦੀਪ ਉਹਨੂੰ ਡਾਇਰੈਕਟ ਕਰ ਰਹੇ ਨੇ, ਮੈਂ ਨੀਰੂ ਬਾਜਵਾ ਦੀ ਮਾਂ ਦਾ ਰੋਲ ਕਰ ਰਹੀ ਹਾਂ, ਨਵਾਬਣ ਦਾ ਮੇਰਾ ਰੋਲ ਆ, ਇੰਨਾ ਹੀ ਪਤਾ ਸੀਗਾ। ਅਤੇ ਪਰ ਉੱਥੇ ਜਾ ਕੇ ਸਾਰੀ ਕਹਾਣੀ ਪਤਾ ਲੱਗੀ ਵੀ ਕੀ ਹੈਗਾ ਸਾਰਾ ਕੁਛ, ਜੋ ਰੋਬਦਾਰ ਕਿ ਨਵਾਬਣ ਹੁੰਦੀ ਆ ਘਰ ਦੇ ਵਿੱਚ, ਅਤੇ ਉਹ ਸੀਗਾ। ਅਤੇ ਫਿਰ ਮੈਨੂੰ ਚੰਗਾ ਲੱਗਿਆ ਜਦੋਂ ਸਾਰਾ ਸਟਾ ਜਿਹੜਾ ਜਿੰਨਾ ਵੀ ਕਰੂ ਸੀ ਸਾਡਾ, ਅਤੇ ਜਿੰਨਾ ਹੀ ਸਾਡੀ ਸਟਾਰ ਕਾਸਟਿੰਗ ਸੀਗੀ, ਪਵਨ ਜੋਲ ਸੀਗੀ, ਸ਼੍ਰੀ ਅੰਸ਼ ਸੀ, ਕੁੜੀ ਨਵਦੀਪ ਸੀਗੀ, ਅਤੇ ਨਵਕਿਰਨ ਸੀਗੀ, ਜਸਵਿੰਦਰ ਜੀ ਸੀਗੇ, ਅਤੇ ਪਾਰਸ ਜੀ ਸੀ, ਸਾਜਨ ਜੀ ਸੀਗੇ, ਸਾਰੇ ਜਾਣੀ ਕਿ ਜਿੰਨੇ ਉੱਥੇ ਸਟਾਰ ਕਾਸਟਿੰਗ ਸੀਗੀ, ਬਹੁਤ ਵਧੀਆ ਲੋਕ ਸੀਗੇ ਸਾਰੇ, ਬਹੁਤ ਪਿਆਰ ਵਾਲੇ ਸੀਗੇ ਜੀ। ਜਦੋਂ ਤੁਸੀਂ ਕਿਹਾ ਨਾ ਵੀ ਅੰਬਰਦੀਪ ਜੀ ਅਸਿਸਟੈਂਟ ਸੀਗੇ, ਹੈ ਨਾ, ਇਸ ਫਿਲਮ ਦੇ ਜਿਹੜੇ ਅਸਿਸਟੈਂਟ ਡਾਇਰੈਕਟਰ ਉਹ ਸੰਦੀਪ ਮੱਲੀ ਜੀ ਸੀ। ਸੰਦੀਪ ਮੱਲੀ, ਹਾਂ, ਸੰਦੀਪ ਮੱਲੀ ਨੇ ਤਾਂ ਮਤਲਬ ਕਿ ਬੜੀ ਪਿਆਰੀ ਗੁੜੀਆ ਜੀ ਆ ਤਾਂ ਨਾ, ਅਤੇ ਤੁਹਾਨੂੰ ਪਤਾ ਕਿ ਉਹ ਗੁੜੀਆ ਇਹਨਾਂ ਦੇ ਮਤਲਬ ਟੌਪ ਹਿੱਟ ਗਾਣਿਆਂ ਦੇ ਵਿੱਚ ਉਹ ਮਾਡਲ ਵੀ ਰਹਿ ਚੁੱਕੇ ਨੇ। ਮੈਨੂੰ ਨਹੀਂ ਪਤਾ ਸੀ, ਮੈਂ ਉੱਥੇ ਜਾ ਕੇ ਜਦੋਂ ਦੇਖਿਆ ਨਾ ਫਸਟ ਦਿਨ ਜਦੋਂ ਸੁਬਹਾ ਅਸੀਂ ਗਏ, ਅਤੇ ਮੈਂ ਕਿਹਾ ਸੰਦੀਪ, ਅਤੇ ਫਿਰ ਉਹਨਾਂ ਨੇ ਦੱਸਿਆ ਵੀ ਮੈਂ ਹੁਣ ਇਸ ਕੰਮ 'ਚ ਆ। ਉਹ ਉੱਦਾਂ ਦੀ ਉਹ ਭਈਆ ਦੇਖ ਲਓ ਸੰਦੀਪ ਨਾ, ਉਹ ਪਹਿਲਾਂ ਅਸੀਂ ਦੂਰਦਰਸ਼ਨ 'ਤੇ ਮਿਲਦੇ ਹੁੰਦੇ ਸੀ ਸੰਦੀਪ ਮੱਲੀ ਨੂੰ, ਅਤੇ ਕਾਫੀ ਵਾਰੀ ਅਸੀਂ ਇਕੱਠੇ ਹੋਏ ਸ਼ੂਟਿੰਗਸ 'ਤੇ, ਕਾਫੀ ਸਾਰੇ ਪ੍ਰੋਗਰਾਮ ਦੇ ਉੱਤੇ ਅਸੀਂ ਇਕੱਠੇ ਹੋਏ। ਉਸ ਤੋਂ ਬਾਅਦ ਅਚਾਨਕ ਜਦੋਂ ਨਾ ਮੈਨੂੰ ਨਹੀਂ ਸੀ ਪਤਾ ਸੰਦੀਪ ਬਾਰੇ, ਮੈਨੂੰ ਪਤਾ ਹੀ ਨਹੀਂ ਸੀ, ਜਦੋਂ ਮੈਂ ਮੇਰੀ ਗੱਡੀ ਖੜੀ ਜਾ ਕੇ ਰਾਜਸਥਾਨ ਨਾ, ਪਹਿਲਾ ਦਿਨ ਸੀਗਾ, ਅਤੇ ਉਹਨੇ ਮੇਰੀ, ਮੈਂ ਗੱਡੀ ਦਾ ਉਹਨੇ ਡੋਰ ਖੋਲਿਆ, ਮੈਂ ਦੇਖ ਵੇ ਸੰਦੀਪ, ਕਹਿੰਦੀ ਹਾਂਜੀ, ਕਹਿੰਦੀ ਮੈਂ ਹੀ ਇੱਥੇ, ਕਹਿੰਦੀ ਮੈਂ ਹੀ, ਕਹਿੰਦੀ ਅਸਿਸਟ ਕਰ ਰਹੀ ਹਾਂ ਤੁਹਾਨੂੰ ਸਾਰਾ ਕੁਛ। ਫਿਰ ਉਹਨੇ ਸਾਰਾ ਕੁਛ ਬਹੁਤ ਬਹੁਤ ਪਿਆਰ ਕੀਤਾ ਉਸ ਕੁੜੀ ਨੇ, ਬੜੀ ਅੱਛੀ ਕੁੜੀ ਆ ਉਹ। ਅਤੇ ਤੁਹਾਨੂੰ ਮੈਂ ਰਿਕੁਐਸਟ ਕਰਨਾ ਚਾਹਾਂਗੀ, ਜੇ ਹੁਣ ਉਹ ਗਾਣੇ ਦੀ ਗੱਲ ਹੋਈ ਹੈ ਅਤੇ ਬੜੇ ਟਾਈਮ ਤੋਂ ਬਾਅਦ ਜੇ ਸੰਦੀਪ ਮੱਲੀ ਉੱਦਾਂ ਦੀ ਹੈ ਅਤੇ ਗਾਣੇ ਦਾ ਫੀਲ ਵੀ ਹਜੇ ਉੱਦਾਂ ਦਾ ਹੀ ਹੈ, ਸੋ ਮੈਮ ਪਲੀਜ਼। ਮੇਰੇ ਕਾਫੀ ਗੀਤਾਂ 'ਚ ਹੈਗੇ ਨੇ ਉਹ, ਮੇਰੇ ਲਈ ਮੈਂ ਲੱਕੀ ਮੰਨਦੀ ਸੀ ਉਹਨੂੰ ਵੀ, ਜਿਹੜੇ ਮੇਰੇ ਗਾਣੇ 'ਚ ਉਹ ਆ ਜਾਂਦੇ ਸੀ ਉਹ ਹੁਣ ਤੱਕ ਅਮਰ ਨੇ ਉਹ ਗਾਣੇ। ਹਾਂਜੀ, ਜੇ ਇੱਕ ਸੀ ਲਿਆ ਦਿਓਰਾ ਤੇਰਾ ਕੁੜਤਾ ਧੋ ਦਿਆਂ ਵਿੱਚ ਪਾ ਕਲਮੀ ਸ਼ੋਰਾ ਵੀ ਵਿੱਚ ਭਰਜਾਈਆਂ ਦੇ, ਇੱਕ ਆਹ ਕੰਮ ਕਰਕੇ ਫੇਰ ਬੈਠ ਤੂੰ ਜਾਈ ਬਾਬਾ ਜੀ, ਅਤੇ ਬਠਿੰਡੇ ਵਾਲੀ ਰੇਲ, ਅਤੇ ਫਿਰ ਇਹ ਗੱਲਾਂ ਪਿਆਰ ਦੀਆਂ, ਇਹਨੇ ਤਾਂ ਰਿਕਾਰਡ ਹੀ ਤੋੜ ਦਿੱਤੇ। ਹੁਣ ਇੱਕ ਮਾੜਾ ਜਿਹਾ ਰਿਕਾਰਡ ਨੂੰ ਦੇਖਦਿਆਂ ਹੋਇਆ ਦੋ ਲਾਈਨਾਂ, ਗੱਲਾਂ ਪਿਆਰ ਦੀਆਂ ਸਾਡੇ ਨਾਲ ਕੀਤੀਆਂ ਸੀ ਜੋ, ਗੱਲਾਂ ਪਿਆਰ ਦੀਆਂ ਸਾਡੇ ਨਾਲ ਕੀਤੀਆਂ ਸੀ ਜੋ, ਭੁੱਲ ਜਾਣ ਵਾਲਿਆ ਵੇ ਤੈਨੂੰ ਇੱਕ ਵਾਰੀ ਓ, ਗੱਲਾਂ ਯਾਦ ਕਰਵਾਵਾਂ ਯਾਦ ਕਰਵਾਵਾਂ, ਕਿਤੇ ਟੱਕਰੇ ਜਾਂ ਕੱਲਾ ਤੈਨੂੰ ਰੱਜ ਕੇ ਰਵਾਵਾਂ, ਕਿਤੇ ਟੱਕਰੇ ਜੇ ਕੱਲਾ ਤੈਨੂੰ ਰੱਜ ਕੇ ਰਵਾਵਾਂ, ਕਿਤੇ ਟੱਕਰੇ ਜੇ ਕੱਲਾ ਤੈਨੂੰ ਰੱਜ ਕੇ ਰਵਾਵਾਂ, ਕਿਤੇ ਟੱਕਰੇ ਜੇ ਕੱਲਾ। ਇਸ ਗਾਣੇ ਲਈ ਮੈਂ ਸਪੈਸ਼ਲ ਤੌਰ 'ਤੇ ਸਚਿਨ ਅਹੂਜਾ ਜੀ ਦਾ ਥੈਂਕਸ ਕਰਨਾ ਚਾਹੁੰਦੀ ਹਾਂ ਜੀ, ਹੈ ਨਾ ਜੀ, ਜੇ ਇਹ ਪੂਰੀ ਟੇਪ ਉਹਨਾਂ ਨੇ, ਅਤੇ ਪੂਰੀ ਟੇਪ ਹਿੱਟ ਸੀ, ਹਾਂਜੀ ਪੂਰੀ ਟੇਪ ਹਿੱਟ, ਸਾਰੇ ਗਾਣੇ ਹਿੱਟ ਸੀ, ਹਾਂ ਇਸ ਟੇਪ ਦੇ ਪੂਰੀ, ਅਤੇ ਮੈਂ ਉਹਨਾਂ ਨੂੰ ਸਪੈਸ਼ਲ ਤੌਰ 'ਤੇ ਥੈਂਕ ਯੂ ਕਰਨਾ ਚਾਹੁੰਦੀ ਜੀ। ਸੋ ਅਸੀਂ ਵੀ ਤੁਹਾਡਾ ਬਹੁਤ ਥੈਂਕ ਯੂ ਕਰਨਾ ਚਾਹੁੰਦੇ ਹਾਂ, ਕਿਉਂਕਿ ਅਸਲ ਜ਼ਿੰਦਗੀ ਅਤੇ ਪਰਦੇ ਦੀ ਜ਼ਿੰਦਗੀ ਨੂੰ ਬੈਲੈਂਸ ਕਰਦਿਆਂ ਹੋਇਆ ਕਈ ਵਾਰ ਅਨਬੈਲੈਂਸ ਵੀ ਹੋ ਜਾਂਦਾ, ਲੇਕਿਨ ਫਿਰ ਵੀ ਕਲਾਕਾਰ ਦੇ ਤੌਰ 'ਤੇ ਤੁਸੀਂ ਹਮੇਸ਼ਾ ਇਨਸਾਫ ਕਰਦੇ ਹੋ ਅਤੇ ਆਪਣੀ ਆਡੀਅੰਸ ਦੇ ਲਈ ਹਮੇਸ਼ਾ ਉਹਨਾਂ ਦਾ ਮਨੋਰੰਜਨ ਕਰਨ ਦੇ ਲਈ ਆਪਣੇ ਆਪ ਨੂੰ ਅੱਗੇ ਲੱਗ ਕੇ ਅੱਗੇ ਲਿਆ ਕੇ ਰੱਖਦੇ ਹੋ, ਸੋ ਬਹੁਤ ਸ਼ੁਕਰੀਆ। ਮੈਂ ਜ਼ਰੂਰ ਜਾਣਨਾ ਚਾਹਾਂਗੀ ਇਹ ਤੁਸੀਂ ਕੁਛ ਲੈ ਕੇ ਆਏ ਹੋ, ਇਹ ਕੀ ਹੈ ਲਿਖਿਆ ਇੱਥੇ ਖੁਦ? ਬਿਮਾਰ ਹੋ ਗਏ, ਲੌਂਗ ਲੈਚੀ ਟੂ ਗਾਣਾ ਸਾਨੂੰ ਪਸੰਦ ਬਹੁਤ ਆ, ਅਤੇ ਅਸੀਂ ਚਾਹੁੰਦੇ ਸੀ ਵੀ ਕਿਸੇ ਨਾ ਕਿਸੇ ਇੰਟਰਵਿਊ 'ਚ ਸ਼ਾਇਦ ਅਸੀਂ ਗਾ ਦਈਏ, ਅਸੀਂ ਫਿਰ ਲਿਖ ਕੇ ਕੋਲ ਰੱਖ ਲਿਆ।
ਲੌਂਗ ਲੈ ਚੀ ਕਿਉਂਕਿ ਮੈਂ ਬਿਮਾਰ ਤੁਹਾਨੂੰ ਪਤਾ ਵੀ ਪਿੱਛੇ ਸੈਲ ਕਿਤੇ ਹੋ ਸੀ ਕਾਫੀ ਦਿਨ ਤੋਂ ਮੈਂ ਤਾਂ ਆਪਣਾ ਗਾਣਾ ਵੀ ਨਹੀਂ ਸੀ ਸੁਣਿਆ ਮੈਨੂੰ ਤੇ ਜਸਵਿੰਦਰ ਜੀ ਨੇ ਫੋਨ ਕੀਤਾ ਕੱਲ ਫਿਰ ਅਸੀਂ ਹੌਲੀ ਕਿਤੇ ਨੇ ਮੋਟੇ ਮੋਟੇ ਸ਼ਬਦਾਂ ਚ ਲਿਖ ਕੇ ਕੋਲੇ ਰੱਖ ਲਿਆ ਕਹਿੰਦੇ ਵੀ ਤੁਸੀਂ ਗਾਣਾ ਆਪਣਾ ਤਾੜੀਆਂ ਵਾਲਾ ਰਿਲੀਜ਼ ਹੋ ਗਿਆ ਸੁਣਿਆ ਮੈਂ ਕਿਹਾ ਨਹੀਂ ਮੈਂ ਤਾਂ ਬੈੱਡ ਤੇ ਪਈ ਹਾਂ ਮੈਂ ਤਾਂ ਬੈੱਡ ਰੈਸਟ ਸੀ ਸੈਲ ਘਟੇ ਹੋਏ ਬਹੁਤ ਵੀ ਮੈਂ ਠੀਕ ਨਹੀਂ ਹੈਗੀ ਐਂਜ਼ਾਇਟੀ ਦਾ ਇੱਕਦਮ ਅਟੈਕ ਜਿਹਾ ਹੋ ਗਿਆ ਸੀ ਬਹੁਤ ਜ਼ਬਰਦਸਤ ਨਾ ਅਤੇ ਉਹ ਕਿੰਨੇ ਦਿਨ ਫਿਰ ਮੈਂ ਬੈੱਡ 'ਤੇ ਰਹੀ ਫਿਰ ਇਹ ਨੀਰੂ ਜੀ ਦਾ ਗਾਣਾ ਸੀ ਮੈਨੂੰ ਬਹੁਤ ਪਸੰਦ ਸੀਗਾ ਅਤੇ ਇਹ ਕਹਿੰਦੇ ਤੁਸੀਂ ਸੁਣਿਆ ਨਹੀਂ ਮੈਂ ਕਿਹਾ ਹਾਂ ਇਹਨਾਂ ਨੇ ਮੈਨੂੰ ਭੇਜਿਆ ਲਿੰਕ ਤਾਂ ਮੈਂ ਜਿਹੜਾ ਤਾੜੀਆਂ ਵਾਲਾ ਗਾਣਾ ਦੋਨਾਂ ਨੇ ਗਾਇਆ ਸੀ ਉਹ ਸੁਣਿਆ ਸੁਣ ਕੇ ਮੈਂ ਕਿਹਾ ਹਾਂ ਸੁਣ ਲਿਆ ਮੈਂ ਪੈ ਗਈ ਬੇਟਾ ਕਹਿੰਦਾ ਮੈਨੂੰ ਸਾਰੰਗ ਕਹਿੰਦਾ ਮਾਮਾ ਤੁਹਾਨੂੰ ਮੈਂ ਵੱਡੀ ਸਕਰੀਨ 'ਤੇ ਦਿਖਾ ਦਾਂ ਮੈਂ ਕਿਹਾ ਨਹੀਂ ਮੇਰੇ 'ਚ ਹਿੰਮਤ ਨਹੀਂ ਹੈਗੀ ਵੀ ਮੈਂ ਮੈਨੂੰ ਪੈ ਜਾਂਦੇ ਮੈਨੂੰ ਚੱਕਰ ਆ ਰਹੇ ਨੇ ਅਤੇ ਤਾਂ ਕਰਕੇ ਉਹ ਦਿਮਾਗ 'ਚੋਂ ਕਈ ਲਾਈਨਾਂ ਨਿਕਲ ਗਈਆਂ ਸੀਗੀਆਂ ਮੈਂ ਕਿਹਾ ਵੀ ਲੌਂਗ ਲੈਚੀ ਦਾ ਜਿਹੜਾ ਟਾਈਟਲ ਸੌਂਗ ਆ ਨਾ ਉਹ ਥੋੜ੍ਹਾ ਮੋਟਾ ਜਿਹਾ ਲਿਖ ਕੇ ਮਿਊਜ਼ਿਕ ਕਿਹਾ ਗਾਇਆ ਕਿਹਾ ਨੀਰੂ ਜੀ ਨੇ ਕਿਆ ਐਕਟ ਕੀਤਾ ਨੀਰੂ ਤਾਂ ਫਿਰ ਸਾਡੀ ਬਾਰਬੀ ਡੋਲ ਆ ਨਾ ਫਿਰ ਤਾਂ ਕਿਆ ਬਾਤ ਆ ਉਹ ਸੱਚੀ ਗੱਲ ਆ ਫੁੱਲ ਪੈਕੇਜ ਹੈ ਸੋ ਅਸੀਂ ਗੱਲਾਂ ਆਪਣੀ ਮਨਮਰਜ਼ੀ ਦੀ ਕੀਤੀਆਂ ਗਾਣੇ ਆਪਣੀ ਮਨਮਰਜ਼ੀ ਦੇ ਸੁਣੇ ਹੁਣ ਇਹਨਾਂ ਦੀ ਫੇਵਰੇਟ ਗਾਣਿਆਂ ਦੀ ਜੇ ਆਪਾਂ ਗੱਲ ਨਾ ਕਰੇ ਨਾ ਇਨਸਾਫੀ ਤਾਂ ਹੁਣ ਦੇਣੀ ਹੀ ਨਹੀਂ ਹੈ ਇਸ ਕਰਕੇ ਫੇਵਰੇਟ ਗਾਣਾ ਹੈ ਤੁਹਾਡਾ ਲੌਂਗ ਲਾਚੀ ਉਹਨੂੰ ਤੱਕਿਆ ਤੇ ਮੈਂ ਖੋ ਗਈ ਖੁੱਲ ਜਾ ਸਿਮ ਸਿਮ ਹੋ ਗਈ ਹੈ ਕੋਈ ਜਾਦੂ ਜੋ ਤੋਂ ਜੋ ਟੋਂਗ ਦੇ ਮੁੰਡਿਆ ਤੇਰੀ ਲਾਚੀ ਨੂੰ ਮਿਲ ਗਿਆ ਲਾ ਰੱਬ ਤੋਂ ਦੁਆ ਮੰਗਦੀ ਆ ਤੁਸੀਂ ਇਸੇ ਤਰ੍ਹਾਂ ਹੱਸਦੇ ਵਸਦੇ ਤੇ ਤੰਦਰੁਸਤੀ ਦੇ ਨਾਲ ਜ਼ਿੰਦਗੀ ਜੀਓ ਸਿਮ ਸਿਮ ਦਰਵਾਜ਼ੇ ਖੁੱਲਦੇ ਰਹਿਣ ਨਵੇਂ ਨਵੇਂ ਹਿੱਟ ਗੀਤ ਤੇ ਫਿਲਮਾਂ ਖੋਲਾਂਗੇ ਬਿਲਕੁਲ ਹੁਣ ਸਿਮਸਾ ਖੁੱਲ ਜਾ ਸਿਮ ਸਿਮ ਥੀਏਟਰ ਦੇ ਵਿੱਚ ਹੋਏਗੀ ਤੁਸੀਂ ਆਉਣਾ ਅਤੇ ਇਹ ਹਾਸੀਆਂ ਖੇਡੀਆਂ ਇਹ ਐਕਟ ਇਹ ਗਾਣੇ ਤੁਹਾਨੂੰ ਵੇਖਣ ਨੂੰ ਮਿਲਣੇ ਨੇਗੇ ਸੋ ਬਿਲਕੁਲ ਇਸੇ ਤਰ੍ਹਾਂ ਹੱਸਦੇ ਵਸਦੇ ਰਹੋ ਐਂਡ ਵੇਖਦੇ ਰਹੋ ਸਿਨੇ ਪੰਜਾਬੀ ਫਿਲਹਾਲ ਦੇ ਰੇਡੀਓ ਇਜਾਜ਼ਤ ਸਤਿ ਸ਼੍ਰੀ ਅਕਾਲ